रातों में ये बदरवा बरस जाएगा, गली गली मुझको मेघा ढूंढेगा और गरज के पलट जाएगा। घर आंगन अंगना और पानी का झरना, भूल न जाना मुझे सब पूछेंगे वरना। रे बहके चली मैं तो बहके चली, रे कहती चली मैं तो कहती चली, रे मेघा नन्ना रे 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 बरसो रे। नमस्ते, सत श्री अकाल, वेलकम टू सांझ दिलां दी। छोटी जी कोशिश की थी, श्रेया घोषाल, थैंक यू सो मच फॉर सिंगिंग दिस अमेजिंग सुपर ब्यूटीफुल सॉन्ग फॉर अस। मज़ा आ गया, छोटी जी कोशिश। ओके, वैसे बहुत मुश्किल है, जिहड़े सुर है गया ना उन्होंने किसी की आवाज़ सुन के भी किसी सिंगर नू फॉलो करना, ओ माई गॉड, सवेर तो शाम तक तुसी हारमोनीयम लेके रियाज करते रहो तो एक जिहड़ा सुर है ना वह भी समझ नहीं आता है। तुसी कहिंदे हो हाई, लग तो रहा कि मैं वो बराबर तो गा रहा है, पर ਉਹਨਾਂ ਦੇ ਵਿੱਚ ਇੱਕ ਪੈਸ਼ਨ ਹੁੰਦਾ ਹੈ, ਉਹਨਾਂ ਦੇ ਵਿੱਚ ਇੱਕ ਸ਼ੌਕ ਹੁੰਦਾ ਹੈ, ਉਹਨਾਂ ਦੇ ਵਿੱਚ ਇੱਕ ਜਜ਼ਬਾ ਹੁੰਦਾ ਜਿਹੜਾ ਕਿ ਰੱਬ ਦੀ ਦੇਣ ਹੁੰਦੀ ਹੈ, ਜਿਸਨੂੰ ਕਿ ਕੋਈ ਕਿਸੇ ਦੇ ਅੰਦਰ ਪੈਦਾ ਨਹੀਂ ਕਰ ਸਕਦਾ। ਸੋ ਪਿਆਰੇ ਦਰਸ਼ਕੋ, ਅੱਜ ਸ਼ੁੱਕਰਵਾਰ ਦਾ ਦਿਨ ਸਾਨੂੰ ਸਾਰਿਆਂ ਨੂੰ ਮੌਕਾ ਦਿੰਦਾ ਹੈਗਾ। ਵੈਸੇ ਮੈਂ ਕਈ ਵਾਰ ਸੋਚਦੀ ਹਾਂ ਕਿ ਸ਼ੈਲੀ ਆਪਣੀ ਜਿਹੜਾ ਐਵੇਂ ਕਰਨ ਦੀ ਆਦਤ ਹੈਗੀ ਹੈ ਨਾ, ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰੋ, ਪਰ ਐਨੀਵੇ ਜੀ, ਜੋ ਆਦਤਾਂ ਹੈਗੀਆਂ ਉਹ ਇੰਨੀ ਜਲਦੀ ਖਤਮ ਨਹੀਂ ਹੁੰਦੀਆਂ। ਸੋ ਹਰੇਕ ਦੀ ਵੈਸੇ ਵੀ ਬੋਡੀ ਲੈਂਗੁਏਜ ਕੁਝ ਨਾ ਕੁਝ ਹੁੰਦੀ ਹੈ। ਕਿਸੇ ਨੂੰ ਸ਼ੁਰੂ 'ਚ ਮੈਨੂੰ ਕਹਿੰਦੇ ਸੀਗੇ, ਕਹਿੰਦੇ ਸ਼ੈਰੀ ਤੁਸੀਂ ਪਲਕਾਂ ਬਹੁਤ ਚਿਪਕਾਉਂਦੇ ਹੈਗੇ ਹੋ। ਐਨੀਵੇ, ਫਿਰ ਮੈਂ ਉਸ 'ਤੇ ਕੰਟਰੋਲ ਕੀਤਾ, ਮੈਂ ਕਿਹਾ ਦੇਖੋ ਜੀ ਪਲਕਾਂ ਕਿੰਨੀਆਂ ਚਿਪਕਦੀਆਂ ਹੈਗੀਆਂ। ਅੱਛਾ, ਉਸ ਤੋਂ ਬਾਅਦ ਫਿਰ ਪੈੱਨ ਫੜ ਕੇ ਜਿਸ ਤਰ੍ਹਾਂ ਗੱਲ ਕਰਨਾ, ਅਤੇ ਪੈੱਨ ਕਹਿੰਦੇ ਜੀ ਐਵੇਂ ਲੱਗਦਾ ਸਾਨੂੰ ਉਂਗਲ ਵਿਖਾ ਰਹੇ ਹੋ ਤੁਸੀਂ। ਮੈਂ ਅੱਜ ਕਿਹਾ ਚਲੋ ਜੀ ਪੈੱਨ ਥੱਲੇ ਰੱਖ ਦਿਓ। ਉਸ ਤੋਂ ਬਾਅਦ ਜੀ ਫਿਰ ਹੁਣ ਮੈਂ ਵੇਖ ਰਹੀ ਸੀ, ਮੈਂ ਕਿਹਾ ਜਿਹੜਾ ਨਵਾਂ ਪ੍ਰੋਮੋ ਵੀ ਬਣ ਗਿਆ ਨਾ ਉਸ ਦੇ ਵਿੱਚ ਵੀ, ਹਾਂਜੀ ਓਕੇ। चलो जी, एक छोटी जी कोशिश मेरे वालों हो गई है, प्रोग्राम शुरू हो गया, वार्म अप हो गया, और तुसी इस प्रोग्राम दे विच लाइव प्रोग्राम दे विच कॉल कर सकते हो, कितने मर्जी तुसी बैठे हैगे हो, अमरीका, कैनेडा, इंडिया, जिन्हां नूं भी मर्जी तुसी कहना चाहते हो, फोन ते करना हैगा जी, हुण जगा के कहना चाहते हो, तुहाडी अपनी मर्जी हैगी है। वैसे कनेडा अमरीका बैठे सारे ही दर्शकों नूं दसना चाहनी हां कि सोमवार तो मंगलवार, बुधवार, वीरवार, शुक्रवार है जिहड़े 5 दिन हुंदे ने, इह समां ਸਾਡਾ ਇੰਨੇ ਪਿਆਰ ਦੇ ਨਾਲ ਬੀਤ ਜਾਂਦਾ ਹੈ। ਕੱਲ੍ਹ ਵੀ ਦੇਖੋ ਤੁਸੀਂ ਡਾਕਟਰ ਰਾਣੀ ਆਏ ਸੀਗੇ, ਫਿਰ ਸ਼ਾਮੀ ਸਵਾਮੀ ਜੀ ਆਏ ਸੀਗੇ, ਔਰ ਸਾਰਾ ਦਿਨ ਇਸ ਤਰ੍ਹਾਂ ਬੀਤ ਜਾਂਦਾ ਕਿ ਪਤਾ ਹੀ ਨਹੀਂ ਚੱਲਦਾ। ਲਓ ਜੀ ਆ ਗਿਆ ਵੀਕਐਂਡ, ਇੱਥੇ ਕਹਿੰਦੇ ਆ ਜੀ ਹੈਪੀ ਵੀਕਐਂਡ। ਭਾਈ ਇੰਡੀਆ ਵਾਲੇ ਜਿਹੜੇ ਆਏ ਆ ਉਹ ਤਾਂ ਕਹਿੰਦੇ ਆ ਹੈਪੀ ਕੀ ਆ ਵੀਕਐਂਡ, ਅਸੀਂ ਤਾਂ ਇੰਡੀਆ 'ਚ ਸਾਰੇ ਦਿਨ ਵੀਕਐਂਡ ਮਨਾਉਂਦੇ ਹੈਗੇ ਹਾਂ, ਸਾਰਾ ਦਿਨ ਵਧੀਆ ਹੁੰਦੇ ਆ ਸਾਡੇ। ਤੁਸੀਂ ਲੋਕ ਅਮਰੀਕਾ ਵਾਲੇ, ਕਨੇਡਾ ਵਾਲੇ ਕਹਿੰਦੇ ਹੋ ਹੈਪੀ ਵੀਕਐਂਡ। ਐਨੀਵੇ ਜੀ, ਅਸੀਂ ਕੀ ਕਰੀਏ, ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹੀ ਇੱਦਾਂ ਦਾ ਹੈਗਾ ਹੈ, ਔਰ ਉਸ ਲਾਈਫ ਸਟਾਈਲ ਦੇ ਵਿੱਚ ਸਾਡੇ ਕੋਲ ਇੱਕ ਗਰੋਸਰੀ ਕਰਨ ਵਾਸਤੇ, ਲਾਂਡਰੀ ਕਰਨ ਵਾਸਤੇ, ਕਲੀਨਿੰਗ ਕਰਨ ਵਾਸਤੇ ਵੀਕਐਂਡ ਹੁੰਦਾ। ਸੋ ਅਸੀਂ ਕਹਿੰਦੇ ਹਾਂ ਹੈਪੀ ਵੀਕਐਂਡ। ਕਾਹਦਾ ਹੈਪੀ ਹੋਇਆ ਜੀ, ਉਸ ਦੇ ਵਿੱਚ ਤਾਂ ਫਿਰ ਇੰਨੇ ਸਾਰੇ ਕੰਮ ਪਏ ਹੈਗੇ ਆ। ਚਲੋ ਜੀ, ਜ਼ਿੰਦਗੀ ਚੱਲੀ ਜਾਏਗੀ, ਔਰ ਇਸ ਭਜਨਟ ਭਰੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਥੋੜ੍ਹੀ ਜਿਹੀ ਹਿੱਸੇਦਾਰੀ ਪਾ ਦੇਵਾਂਗੇ, ਗਾਣੇ ਗਾ ਲਵਾਂਗੇ, ਖੁਸ਼ ਹੋ ਜਾਵਾਂਗੇ, ਕੁਝ ਕਵਿਤਾਵਾਂ ਪੜ੍ਹ ਲਾਂਗੇ, ਕੁਝ ਨਜ਼ਮਾਂ ਪੜ੍ਹ ਲਾਂਗੇ। ਸੋ ਤੁਸੀਂ ਕੁਝ ਸੁਣਾ ਰਹੇ ਹੋ ਕਿ ਨਹੀਂ ਸੁਣਾ ਰਹੇ ਹੋ ਅੱਜ ਪ੍ਰੋਗਰਾਮ ਦੇ ਵਿੱਚ? ਨਹੀਂ ਤਾਂ ਮੇਰੇ ਕੋਲ ਜੇ ਇਹ ਸਾਰੇ ਪੇਪਰ ਹੈਗੇ ਆ, ਮੈਂ ਕਈ ਵਾਰ ਸੋਚਦੀ ਹਾਂ ਭਾਈ ਸ਼ੈਰੀ, ਜੇ ਕਿਸੇ ਨੂੰ ਕੋਈ ਗਾਣਾ ਚੇਤੇ ਨਾ ਆਇਆ ਇੰਨੀ ਦੇਰ ਦੇ ਵਿੱਚ, ਇੱਕ ਘੰਟਾ ਸਵਾ ਘੰਟਾ ਬੀਤ ਗਿਆ, ਕਿਸੇ ਨੇ ਫੋਨ ਨਹੀਂ ਕੀਤਾ, ਕੋਈ ਗਾਣਾ ਨਹੀਂ ਸੁਣਾਇਆ। ਐਨੀ ਵੇ ਜੀ, ਟਾਈਮ ਨਹੀਂ ਵੇਸਟ ਕਰਦੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਸ਼ੈਰੀ। ਹਾਂਜੀ, ਕਾਲ ਲੱਗੀ? ਕਾਲ ਲੱਗੀ ਲੱਗੀ। ਹਾਊ ਸਵੀਟ, ਬਹੁਤ ਪਿਆਰੇ ਲੱਗ ਰਹੇ ਜੀ। ਸੋ ਸਵੀਟ, ਅੱਜ ਗਾਣਿਆਂ ਦਾ ਹੈ? ਅੱਜ ਗਾਣਿਆਂ ਦਾ ਹੈ। ਹਾਂਜੀ। ਅੱਛਾ, ਮੈਂ, ਮੇਰੀ ਆਵਾਜ਼ ਤੇ ਐਡੀ ਨਹੀਂ ਗਈ। ਮੇਰੀ ਵੀ ਨਹੀਂ ਹੈ ਐਡੀ ਵਧੀਆ, ਮੈਂ ਵੀ ਤੇ ਕਿੰਨੀ ਅਜੀਬ ਜੀ ਕੋਸ਼ਿਸ਼ ਕਰਦੀ ਰਹਿੰਦੀ ਆ। ਕੋਈ ਗੱਲ ਨਹੀਂ, ਬੱਚੇ ਤੁਹਾਡੀ ਤੇ ਉਮਰ ਛੋਟੀ ਹੋਈ ਨਾ, ਤੁਹਾਡੀ ਤੇ ਆਵਾਜ਼ ਸੋਹਣੀ ਆ। ਪਤਾ ਹੈ ਤੁਸੀਂ ਮੰਨੋਗੇ, ਮੈਂ ਕੀ, ਅਸੀਂ ਜਿਹੜਾ ਹੋਲੀ ਦਾ ਵੀਡੀਓ ਬਣਾਇਆ ਸੀਗਾ ਉਸਦੇ ਵਿੱਚ ਜਿਹੜੀ ਉਹ ਬਜ਼ੁਰਗ ਬੀਬੀ ਨੱਚ ਰਹੀ ਸੀਗੀ, ਹੈ ਨਾ ਸਚਿਨ, ਯਾਦ ਜੇ ਤੁਹਾਨੂੰ ਉਹ ਬੀਬੀ ਦੇ, ਅਸੀਂ ਤੇ ਉਸ ਤੋਂ ਬਾਅਦ ਉਸਨੂੰ ਵੇਖ ਵੇਖ ਕੇ ਜੋ ਢਿੱਡ ਫੜ ਫੜ ਕੇ ਹੱਸੇ ਆ ਨਾ, ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਹਾਂ। ਪ੍ਰੈਕਟਿਸ ਤੇ ਚਲੋ ਕੀ ਹੈ, ਪਰ ਅੰਦਰੋਂ ਨਿਕਲਦਾ ਹੈ, ਜਿਸ ਤਰ੍ਹਾਂ ਮੈਂ, ਮੇਰੇ ਤੇ ਕੋਈ ਕੰਟਰੋਲ ਨਹੀਂ ਹੈ,
गाने चल रहे होन ते मेरे पैर ना उठन, मेरे हाथ ना चलन, हाँ जी, हाँ जी, हो ही नहीं सकता। मैं तो ऐसे देखती रहनी हूँ जी, लगता है बड़ा वधिया। सुनाओ, चलो फिर तुसी कोई गल नहीं, आवाज नू भूल जाओ, सुनाओ सुनाओ खुल के। हाँ जी, मजानिया आयो मेरे डाडी अरबा किन्ना जमिया किन्ना ने ले जानिया, आयो मेरे डाडी अरबा किन्ना जमिया किन्ना ने ले जानिया, डोई बबल तेरे महलां विचों तेरी लाडो परदेसन होई, बबल तेरे महलां विचों तेरी लाडो परदेसन होई, किल्लियां मावां तियां मिलन लगियां चारे कंधां ने चुबारे दियां हिल्लियां, मावां तियां मिलन लगियां चारे कंधां ने चुबारे दियां हिल्लियां, आरी आले माए सांभ चाबियां तियां कर चलियां सरदारी, आले माए सांभ चाबियां तियां कर चलियां सरदारी। ਸੱਚ ਹੈ, ਪਤਾ ਜਦੋਂ ਮੈਂ ਗਾਣੇ ਦੀ ਪ੍ਰੈਕਟਿਸ ਕਰ ਰਹੀ ਸੀ ਮੈਨੂੰ ਕਿੰਨੀ ਵਾਰ ਸਾਥ ਚੜਿਆ, ਮੈਂ ਕਿਹਾ ਹਾਏ ਮੇਰੇ ਤੋਂ ਨਹੀਂ ਗਾ ਹੋਣਾ, ਇੱਕੋਦਮ ਪ੍ਰੋਗਰਾਮ ਸ਼ੁਰੂ ਹੋ ਗਿਆ, ਅੰਦਰੋਂ ਸਾਰੀ ਟੀਮ ਕਹਿੰਦੀ ਸ਼ੈਰੀ ਇੱਕ ਮਿੰਟ ਰਹਿ ਗਿਆ, ਮੈਂ ਕਿਹਾ ਜੋ ਗਾਇਆ ਜਾਏਗਾ ਦੇਖੀ ਜਾਏਗੀ ਭਾਈ, ਕੋਈ ਗੱਲ ਨਹੀਂ, ਬੋਲਿਆ ਨਹੀਂ ਨਾ ਕਦੀ। ਹਾਂ ਦੇਖਿਆ ਕਿੰਨੀ ਚੰਗੀ ਗੱਲ ਹੈ, ਅੱਜ ਬੋਲਿਆ ਤੁਸੀਂ। ਹਾਂਜੀ, ਪਾਠ ਹੀ ਕਰਦੀ ਮੈਂ ਤੇ ਕਰਦੀ ਨਹੀਂ ਸਾਰਾ ਦਿਨ। ਸੋ ਨਾਈਸ, ਥੈਂਕ ਯੂ ਸੋ ਮੱਚ, ਅੱਗੇ ਵੀ ਕਰਨਾ। ਓਕੇ, ਹਾਂਜੀ, ਚੰਗਾ ਜੀ, ਠੀਕ ਹੈ, ਥੈਂਕ ਯੂ ਸੋ ਮੱਚ। ਕੱਲ ਮੈਂ ਐਕਸਪੀਰੀਅੰਸ ਕੀਤੀ ਇੱਕ ਗੱਲ, ਪ੍ਰੋਗਰਾਮ ਤੋਂ ਪਹਿਲੇ ਨਾ ਮੈਨੂੰ ਅੰਦਰ ਵੀ ਸਾਰੇ ਕਹਿ ਰਹੇ ਸੀ ਕਿ ਸ਼ਹਿਰੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ, ਅਤੇ ਮੈਨੂੰ ਕਹਿੰਦੇ ਅੱਜ ਕੋਈ ਗਾਣਿਆਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਤੂੰ ਗਾਣੇ ਕਿਉਂ ਸੁਣ ਰਹੀ ਹੈ? ਮੈਂ ਕਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਇਸ ਵਾਰ ਪਿਛਲੇ 1-2 ਮਹੀਨਿਆਂ ਤੋਂ ਨਾ ਠੰਡ ਕਰਕੇ ਸਿਰ ਵੀ ਢੱਕ ਕੇ ਰੱਖਦੀ ਹਾਂ, ਪਰ ਨਾ ਸਿਰ ਦਰਦ ਬਹੁਤ ਜ਼ਿਆਦਾ ਰਹਿੰਦਾ ਹੈ, ਇੱਕਦਮ ਸਿਰ ਬਹੁਤ ਭਾਰੀ ਰਹਿੰਦਾ, ਅਤੇ ਮੈਂ ਕਿਹਾ ਮੈਂ ਮਿਊਜ਼ਿਕ ਸੁਣ ਰਹੀ ਹਾਂ, ਗਾਣੇ ਸੁਣ ਰਹੀ ਹਾਂ ਆਪਣੀ ਮਰਜ਼ੀ ਦੇ, ਅਤੇ ਮੈਨੂੰ ਨਾ ਬਹੁਤ ਆਰਾਮ ਮਹਿਸੂਸ ਹੋ ਰਿਹਾ, ਮੈਨੂੰ ਇੱਕਦਮ ਲੱਗ ਰਿਹਾ ਕਿ ਦਰਦ ਜਿਹੜਾ ਨਾ ਉਹ ਜਾ ਰਿਹਾ। ਸੋ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਹੈ ਕਿ ਕੁਝ ਮਰਜ਼ੀ ਤੁਹਾਡਾ ਗਾਉਣ ਦਾ ਗੁਣਗੁਣਾਉਣ ਦਾ ਦਿਲ ਕਰਦਾ, ਉਸਨੂੰ ਜ਼ਰੂਰ ਕਰੋ, ਉਸਦੇ ਲਈ ਕੋਈ ਨਾ ਸੰਗੋ, ਉਸਦੇ ਲਈ ਕੋਈ ਨਾ ਸੋਚੋ ਭਾਈ ਲੋਕ ਕੀ ਕਹਿਣਗੇ, ਓ ਹੋ ਮੇਰੀ ਉਮਰ ਦੇਖੋ, ਨਹੀਂ 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 ਨਹੀਂ, ਕਹਿੰਦੇ ਆ ਇਨਸਾਨ ਵੱਡਾ ਜ਼ਰੂਰ ਹੋ ਜਾਂਦਾ ਸਰੀਰਕ ਤੌਰ 'ਤੇ, ਪਰ ਦਿਮਾਗ ਜਿਹੜਾ ਨਾ ਉਸ ਦਿਮਾਗ ਦੇ ਅੰਦਰ ਉਸਦੀ ਬਚਪਨ ਉਸਦੀ ਜਵਾਨੀ ਉਹ ਸਭ ਕੁਛ ਦਿਮਾਗ ਦੇ ਅੰਦਰ ਹੁੰਦਾ, ਉਹ ਦਿਮਾਗ ਹੀ ਤਾਂ ਛੋਟੇ ਹੁੰਦੇ ਹੁੰਦੇ ਵੱਡਾ ਹੁੰਦਾ ਔਰ ਇਨਸਾਨ ਨੂੰ ਮਜਬੂਰ ਕਰਦਾ ਸੋਚਣ 'ਤੇ ਕਿ ਹੁਣ ਤੁਸੀਂ ਵੱਡੇ ਹੋ ਗਏ ਹੋ। ਕਿੰਨੇ ਸਾਰੇ ਟੌਪਿਕ ਅਸੀਂ ਕੀਤੇ ਹੈਗੇ ਆ। ਐਨੀਵੇ, ਸਤਿ ਸ਼੍ਰੀ ਅਕਾਲ ਜੀ। ਸਰਬਜੀਤ ਭੈਣ ਜੀ, ਕਿੱਦਾਂ, ਠੀਕ ਹੋ? ਬਹੁਤ ਵਧੀਆ। ਪਹਿਲਾਂ ਤਾਂ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਪੁਰਸ਼ੋਤਮ ਜੀ ਨੇ ਉਹਨਾਂ ਨੂੰ ਫੋਨ ਕਰਕੇ ਦੱਸ ਦਿੱਤੀ ਸੀ ਦਵਾਈ। ਚੱਕਰ ਹੈ, ਠੀਕ ਹੈ। ਬੁੱਧਵਾਰ ਨੂੰ ਮੈਂ ਕੁਛ ਆਪਣੀ ਮੇਰੇ ਉੱਥੇ ਹੈਗੀ ਆ ਇੰਡੀਆ, ਉਹਨਾਂ ਦੀ ਦਵਾਈ ਪੁੱਛਣੀ ਆ, ਠੀਕ ਹੈ, ਕੱਲ ਨੂੰ, ਤੇ ਅੱਜ ਮੈਂ ਤੁਹਾਨੂੰ 2 ਕਵਾਲੇ ਸੁਣਾਉਂਗੀ, ਠੀਕ ਹੈ, ਜ਼ਰੂਰ ਸੁਣਾ। ਛੋਟਾ ਜਿਹਾ 2-4 ਲੈਣਾ, ਫਿਰ ਇੱਕ ਛੋਟਾ ਜਿਹਾ ਸੁਹਾਗ ਦੀਆਂ 2 ਲੈਣਾ। ਓਕੇ, ਠੀਕ ਹੈ, ਮਾਂ ਬਿਨਾਂ ਜ਼ਿੰਦਗੀ ਵੀਰਾਨ ਹੋਤੀ ਹੈ, ਮਾਂ ਬਿਨਾਂ ਜ਼ਿੰਦਗੀ ਵੀਰਾਨ ਹੋਤੀ ਹੈ, ਤਨਹਾ ਸਫ਼ਰ ਮੇਂ ਹਰ ਰਾਤ ਸੁਨਸਾਨ ਹੋਤੀ ਹੈ, ਜ਼ਿੰਦਗੀ ਮੇਂ ਮਾਂ ਕਾ ਹੋਣਾ ਜ਼ਰੂਰੀ ਹੈ, ਮਾਂ ਕੀ ਦੁਆਓਂ ਸੇ ਹਰ ਮੁਸ਼ਕਿਲ ਆਸਾਨ ਹੋਤੀ ਹੈ, ਹਰ ਮੁਸ਼ਕਿਲ ਆਸਾਨ ਹੋਤੀ ਹੈ। ਅੱਛਾ, ਹੁਣ ਮੈਂ 2 ਲੈਣਾ ਆਦੀਆਂ ਸੁਹਾਗ ਦੀਆਂ। ਵਾਹ ਵਾਹ, ਸੁਣਾਓ ਸੁਣਾਓ। ਓਕੇ, ਖਲਾ ਮੇਰਾ ਬੇਟਾ ਜਿਹਾ, ਚਰਖਾ ਲੈ ਦੇਣੀ ਪੋਲੀ ਮਾਏ, ਵਾਵਾ ਦੇ ਕਤਨ ਰੇ ਦਿਨ ਆਏ, ਚਰਖਾ ਲੈ ਦੇਣੀ ਪੋਲੀ ਮਾਏ, ਸਾਡੇ ਕਤਨ ਰੇ ਦਿਨ ਆਏ, ਇਸ ਚਰਖੇ ਨੂੰ ਲਗੜੇ ਨੀ ਪਾਪੇ, ਤੀਆਂ ਰੁਤਰੀਆਂ ਤੇ ਰੋਂਦੇ ਨੀ ਮਾਪੇ, ਇਸ ਚਰਖੇ ਨੂੰ ਲਗੜੇ ਨੀ ਲਾਪੇ, ਪਤੀ ਦੀਆਂ ਤੁਰੀਆਂ ਤੇ ਰੋਂਦੇ ਨੀ ਜਾਤੇ, ਚਰਖਾ ਲੈ ਦੇਣੀ ਪਾ
ब्यूटीफुल ब्यूटीफुल वेरी नाइस। अच्छा चलो ब्रेक, मैं जरा जा रही हूँ, है आ रही हूँ, मैं जरा चाव जू कुछ पानी पुनी पी आवा। ओके flymecheap.com फोन करो वर्ल्ड विच कीते भी सै डिस्काउंटेड एयरफेयर प्राइसेस ते साडे कोल मिलेगी इनफॉरमेशन हर लीडिंग एयरलाइन दी फ्लाइट्स दी 18 मिलियन एक्सक्लूसिव फ्लाइट डील्स दुनिया दे किसे भी कोने ले जिस विचो तुसी चूज कर सकदे हो बेस्ट फेयर डील 24/7 कस्टमर सर्विस साडे टोल फ्री नंबर ते 855-359-4878 विजिट करो सहारा टूर्स एंड ट्रैवल्स 13222 रॉकवे बुलेवर्ड साउथ ओजन पार्क न्यूयॉर्क 11420। अंबा ज्वेलर हर किसी दी पहली पसंद। वेस्टर्न ते ट्रेडिशनल ज्वेलरी दी वैरायटी दी है परमार। हर तरह दी पार्टी वेडिंग ओकेजन ले तुहानू करदा है तैयार। नाल ही अवेलेबल हन 24 कैरेट गोल्ड कॉइंस से स्पेशल गिफ्ट्स। अंबा ज्वेलर्स 3713 74th स्ट्रीट जैक्सन हाइट्स न्यूयॉर्क फोन 718-639-2300। जसप्रीत सिंह अटॉर्नी एट लॉ फॉर ऑल योर इमिग्रेशन मैटर्स असाइलम केसेस डेपोर्टेशन फैमिली लॉ डिवोर्स बैंकरप्सी एंटरटेनमेंट वीजास ग्रीन कार्ड एटसेट्रा Please contact the law offices of Jasprit Singh. With over 15 years of experience, we have handled many critical cases. We have four offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. कैलिफोर्निया दिया ट्रकिंग कंपनियां विचों इको एक तजर्बेकार ते भरोसेयोग नाम SNS ट्रकिंग जो पिछले 20 सालां तो तुहाडी सेवा करदी आ रही है। सानू कैलिफोर्निया तो फ्लोरिडा दे डेडिकेटेड रन लई तजर्बेकार ओनर ऑपरेटरां दी जरूरत है। लोड लाउण तो तुरंत बाद अपना पेपर वर्क दफ्तर विच जमा करवाओ ते अपना चेक लेके खुशी खुशी अपने घर नू जाओ। वधेरे जानकारी लैण लई कॉल करो बाई जी नाजर सहोता ते स्टीव ढिल्लो नू 5982788131 उत्ते। फार्म फ्रेश प्रोड्यूस एंड ग्रोसरी नाउ फ्रेश फ्रूट्स वेजिटेबल्स स्पाइसेस डेयरी प्रोडक्ट्स एंड ग्रोसरी इन कॉम्पिटिटिव प्राइस ते होल न्यू रेंज तुहाडियां डेली नीड्स लई। अच्छी विजिट करो बेस्ट ऑफर्स ले फार्म फ्रेश 10102 116th स्ट्रीट रिचमंड हिल न्यूयॉर्क 11419 कॉल 718-577-0022। एक बहुत प्यारी फिल्म आई सी, फिल्म आई सी उदों उस फिल्म दे कोई इन्ने ज़्यादा पता नहीं सीगा, पर उस फिल्म का एक बहुत खूबसूरत गीत जो कि रुपिंदर जी गा रहे ने अपने हस्बैंड दे लई, सुनते हाँ उन्हें तो ही। हेलो रुपिंदर जी। हाँ जी। हाँ जी शुरू। हाँ जी। अखियां नू रहने दे अखियां दे कोल कोल चन पर हिंदी है ओ, बिल्कुल सिमिलर है मेरे ख्याल तो ये पंजाबी दा कॉपी कीता होना है ना।
ਇਹ ਪੰਜਾਬੀ ਦਾ ਹੀ ਕਾਪੀ ਕੀਤਾ ਹੋਇਆ ਆਤਿਫ ਅਸਲਮ ਉਹਨਾਂ ਨੇ ਐਗਜੈਕਟਲੀ ਨਹੀਂ ਉਹ ਫਿਲਮ ਸੀਗੀ ਉਸ ਦੇ ਵਿੱਚ ਰਤੀ ਅਗਨੀਹੋਤਰੀ ਸੀ ਔਰ ਕਮਲ ਹਸਨ ਸੀਗੇ ਉਹਨਾਂ ਦੀ ਮੂਵੀ ਸੀਗੀ ਕੌਣ ਸੀ ਮੂਵੀ ਥੀ ਸਚਿਨ ਉਹ ਮੂਵੀ ਤਾਂ ਮੈਨੂੰ ਯਾਦ ਨਹੀਂ ਪਰ ਮੈਂ ਪੰਜਾਬੀ ਪੁਰਾਣਾ ਵੀ ਸੁਣਿਆ ਹੋਇਆ ਪਰ ਇਹ ਹੁਣ ਆਤਿਫ ਅਸਲਮ ਉਹਨਾਂ ਦੀ ਐਲਬਮ ਆਈ ਸੀਗੀ बोल जे ना बोल पर मेरे नजदीक रह हां जी सत श्री अकाल जी ओना दे वल्लों है मैं नहीं कोई बटन दबिया सॉरी आंटी जी थोड़ा फोन प्लीज अजीब जी आवाज कर लग गया सी इस करके तो दोबारा कॉल कर लियो ओके जी सत श्री अकाल जी हेलो हाँ जी सत श्री अकाल जी कौन गल कर रहे हो मैं सोनी जी नहीं बिलकुल नहीं असर ओना नहीं होगा हाँ फिर इनी मेहनत करके बनाओगे भी तो फिर नहीं मेरे ख्याल तो एक बार फिर अंकल नूं पूछ लांगे बट हमेशा यही गल हुंदी अंकल कहिंदे आ वी तुसीं चीज़ यूज़ ते कर लो उस दे बदले दे विच कोई भी पर ओ असर ओना ओना नहीं हुंदा है ठीक है ठीक है मैं कोशिश करांगी मैं अंकल नाल जदों भी जिस तरह गल हुंदी है वैसे तो सुनदे ही हैगे आ प्रोग्राम ਤੁਸੀਂ ਚੰਗਾ ਕਰਦੇ ਹੋ ਇਸ ਤਰ੍ਹਾਂ ਦੇ ਕੋਈ ਛੋਟੇ ਛੋਟੇ ਸਵਾਲ ਹੈਗੇ ਆ ਆਪਸ਼ਨਸ ਹੈਗੇ ਆ ਐਗਜ਼ਾਮਪਲਸ ਹੈਗੇ ਆ ਉਹਨਾਂ ਦੇ ਆਲਟਰਨੇਟ ਹੈਗੇ ਆ ਉਹ ਪੁੱਛਦੇ ਹੈਗੇ ਉਸ ਸਾਨੂੰ ਵੀ ਬਹੁਤ ਕੁਝ ਪਤਾ ਚੱਲਦਾ ਹੈ ਇਸ ਦੇ ਨਾਲ ਹੀ ਕਿ ਹਾਂ ਜੇ ਇੱਦਾਂ ਨਹੀਂ ਹੋਏ ਤਾਂ ਇੱਦਾਂ ਹੋਏ ਤਾਂ ਕੀ ਹੋ ਸਕਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਵਾਲ ਪੁੱਛਣ ਦੇ ਲਈ ਹਾਂਜੀ ਸਤਿ ਸ਼੍ਰੀ ਅਕਾਲ ਹਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਤੁਸੀਂ ਸੁਣਾਓ ਸੁਣਾਓ ਠੀਕ ਠਾਕ ਵਧੀਆ ਜੀ ਜੀ ਕੀ ਸੁਣਨਾ ਜੀ ਸੁਣਨਾ ਕੋਈ ਵਧੀਆ ਜਿਹਾ ਪੰਜਾਬੀ ਗਾਣਾ ठंडी छामुनी कोई पुरदेसी जोगिया कोई पुरदेसी जोगिया चल मेरी पाबो चाल चालनी पानी दे पाज जोगी वेखिए नी पानी दे पाज जोगी वेखिए नी किथे तां रखानन दे डोल डोलनी किथे तां चढ़ के जोगी वेखिए नी किथे तां चढ़ के जोगी वेखिए नी नी में तां रख दे नन दे डोल डोलनी ऊचे तां चढ़ के जोगी वेखिए नी ऊचे तां चढ़ के जोगी वेखिए नी छोटा जा ब्रेक
ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ ਕਮਲਜੀਤ ਤੇ ਸੰਗਤਾਂ ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ 300 ਨਾਰਥ ਗ੍ਰੈਂਡ ਐਵੀਨਿਊ ਲੈਂਸਿੰਗ ਮਿਸ਼ੀਗਨ 48933 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ चाय ये सब तुम शाही पुलाव के लिए कर रहे हो ना बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप अपने देश की सभ्यता अपने ही लोग अपनी मातृभूमि आपके पास लाते हुए अपने देश की हर ग्रोसरी आपका अपना अपना बाजार Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. इस हफ्ते करो एक खास मुलाकात पंजाबी म्यूजिक डायरेक्टर डीजे सोनू टेलो अते पंजाबी गायक नव सिंह नाल Get Meet Special 21 मार्च शुक्रवार नु राती 9 बजे सिर्फ Get Punjabi ते Plasma Records and Rajveer Entertainment present Three Brothers Three Stars Manmohan Waris Kamal Heer and Sangtar One Great Show Punjabi Virsa 2014 USA April 12th Monroe Township School Auditorium New Jersey April 13th, Golden Center, Queens College, New York, Punjabi Virsa 2014, USA. Welcome back, ji. मीता जी देख रहे हो ना प्रोग्राम और मैं आपकी बात को हमेशा याद रखूंगी कि शहरी जब लोग दुआएं देते हैं तो दुआएं ले लिया कर और वाकई मैं सच में सोच रही हूँ कि ऐसे जैसे झोली करके ना आगे और ऐसे कहते हैं कि मुझे जितनी दुआएं हैं वो दुआएं आप अपनी दुआ में मुझे याद रखना और मेरी झोली में शायद आपकी कोई दुआ लग जाए डल जाए और कहीं ना कहीं कोई बिगड़ा काम मेरा भी बन जाए थैंक यू सो मच रूप आई होप कि तुसी प्रोग्राम वेख रहे हैगे हो आई मिस यू या माई गुड फ्रेंड ओके जी ਕੁਲਜਿੰਦਰ ਜੀ ਤੇ ਸੁਰਿੰਦਰ ਕੌਰ ਜੀ ਹੋਲਡ ਕੀਤਾ ਹੋਇਆ ਗੱਲ ਕਰਦੇ ਆ ਹੈਲੋ ਹੈਲੋ ਸ਼ੈਰੀ ਜੀ ਹਾਂਜੀ ਕੁਲਜਿੰਦਰ ਜੀ ਹਾਂਜੀ ਕੁਲਵਿੰਦਰ ਕੁਲਵਿੰਦਰ ਜੀ ਡੇਟਨ ਤੋਂ ਹਾਂਜੀ ਸੁਰਿੰਦਰ ਜੀ ਜਾਣਾ ਨਹੀਂ ਪਲੀਜ਼ ਹੋਲਡ ਕੀਤਾ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਕੁਲਵਿੰਦਰ ਜੀ ਸੁਣਾਓ ਫੇਰ ਬੋਲੀ ਹਾਂਜੀ ਵੀਰ ਮੇਰੇ ਨੇ ਕੁੜਤੀ ਦਿੱਤੀ ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫਲਕਾਰੀ ਜੁਗ ਜੁਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ ਜੁਗ ਜੁਗ ਜੀ ਭਾਬੋ ਭੈਣਾ ਭੈਣਾ ਕਦੇ ਨਾ ਲੜੀਆਂ ਸਾਡੂ ਮਰ ਗਏ ਖੇ ਕੇ ਕੋਲਾਂ ਬੋਲਦੀਆਂ ਵਿੱਚ ਵਾਗਾਂ ਦੇ ਲੈ ਕੇ ਕੋਲਾਂ ਬੋਲਦੀਆਂ ਬਿਊਟੀਫੁਲ ਵੈਰੀ ਨਾਈਸ ਵੈਰੀ ਨਾਈਸ ਵੈਰੀ ਪੋਜ਼ਿਟਿਵ ਥੈਂਕ ਯੂ ਸੋ ਮੱਚ ਓਕੇ ਜੀ ਸੁਰਿੰਦਰ ਕੌਰ ਜੀ ਹੈਲੋ ਹਾਂਜੀ 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 ਹੈਲੋ ਹਾਂਜੀ ਸੁਰਿੰਦਰ ਕੌਰ ਜੀ ਹਾਂਜੀ
हाँ जी चलो जी ऑन एयर हो गए हैं, हुण सारिया दे नाल सांझी करो अपनी बोली टप्पे जो भी सुनाना जी। टीवी दी आवाज हौली कर दियो ते हुण तुसी सुनाओ जो सुनाना है। स्टोरी सुनाओ। हाँ जो मर्जी सुनाओ। हाँ जी सुनानी है कोरी सत श्री अकाल जी। सुरेंद्र जी टीवी दी आवाज हौली करके मेरे नाल फोन ते गल करो प्लीज। थैंक यू सो मच। थैंक यू नहीं थैंक यू ठीक हूँ। सो नाइस ऑफ यू। हाँ जी सत श्री अकाल। हेलो हेलो। हाँ जी टीवी दी आवाज हौली कर दियो फोन मिल गया थोड़ा फिर तुसी कहना साड़ा नंबर नहीं लग्या। तो मतलब मैं सुन के तुहानू कहां तुसी प्यारे दर्शको एक तुहानू गुजारिश हैगी है जो फोन मिल जाए पहली गल तो फोन सिर्फ मैं चकती हाँ इस वक्त क्योंकि लाइव प्रोग्राम का नंबर तुहानू दिता जाता है और दूजी गल है कि तुसी जदों भी फोन मिल जाए हैलो होए तो अपनी टीवी की आवाज़ हौली कर दो टीवी ते आवाज़ थोड़ी जरूर आ जाएगी जी। सत श्री अकाल। हैलो हैलो। हाँ जी हाँ जी शैली जी। जी बिल्कुल तुसी कौन। हाँ जी सत श्री अकाल जी मैं मनदीप। हाँ जी मनदीप कितों बोल रहे हो। मैं बाल्टीमोर तो बोल रही हूँ जी। ओके जी मनदीप। बस मैं फर्स्ट टाइम फोन किया। हाउ स्वीट। कदों तो देख रहे हो प्रोग्राम। कदों तो देख रहे हो। मेनू महीना की होया इत्थे आई नू। मैं महीना की होया तुहानू देख दी मैं इत्थे। ओह कितों आए हो तुसी। मैं इंडिया तो। जिथे चाट गोल गप्पे कुल्फियां खान। अच्छा अंदरों सचिन जी कह रहे ने कपूरथला तुहानू पुछिया किसी ने। चुप कर जाओ। हां जी अच्छा ਕੰਗ੍ਰੈਚੁਲੇਸ਼ਨਸ ਇੰਡੀਆ ਤੋਂ ਆਏ ਹੋ ਤੇ ਗੱਡੀ ਵੀ ਖਰੀਦ ਲਈ ਆ ਵੀ ਮਰਸੀਡੀਜ਼। ਸਾਡੀ ਮਿਠਾਈ ਕਿੱਥੇ ਹੈ ਕੋਈ ਭਿਜਵਾ ਦਿਓ ਕੋਈ ਚੋਕਲੇਟ ਚੁਕਲੇਟ ਸਾਰੀ ਟੀਮ ਨੂੰ ਖਵਾਈਏ। ਹਾਂਜੀ ਅਸੀਂ ਲੈ ਕੇ ਆਏ ਆ ਕਾਜੂ ਬਰਫੀ ਲਿਆਂਦੀ ਆ ਹੁਣ ਕਿੱਦਾਂ ਖਾਵਾਂ। ਵਾਹ ਵਾਹ ਕੋਈ ਗੱਲ ਨਹੀਂ ਜੀ ਤੁਸੀਂ ਖਾ ਲਿੱਤੀ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਸਾਡੀਆਂ ਖੁਸ਼ੀਆਂ ਨੇ। ਇਸ ਤਰ੍ਹਾਂ ਹੀ ਫਲਦੇ ਫੁੱਲਦੇ ਰਹੋ ਖੁਸ਼ੀਆਂ ਭਰੇ ਮੈਸੇਜ ਦਿਓ। ਔਰ ਲੱਗਦੇ ਆ ਬਲੈਕ ਬਲੈਕ ਪਾਇਆ ਆ ਤੁਸੀਂ। ਥੈਂਕ ਯੂ। ਔਰ ਤੁਸੀਂ ਸਾਰੀ ਵੀ ਜਿਹੜੀ ਮੇਰੀ ਹੁਣ ਕਾਲਰਸ ਹੋ ਫਰੈਂਡਸ ਹੋ ਇੱਕ ਤੇ ਫੇਸਬੁੱਕ ਤੇ ਤੁਸੀਂ ਪੇਜ ਲਾਈਕ ਕਰਨਾ ਹੈਗਾ ਸਾਂਝ ਦਿਲਾਂ ਦੀ ਡੈਸ਼ ਗੈਟ ਪੰਜਾਬੀ। ਔਰ ਫਰੈਂਡਸ ਬਣੋ ਮੈਨੂੰ ਆਪਣੀ ਪਿਕਚਰਸ ਤਸਵੀਰਾਂ ਭੇਜੋ। ਮੈਨੂੰ ਤੇ ਪਤਾ ਹੀ ਨਹੀਂ ਹੈ ਕੌਣ ਵੇਖਦਾ ਟੀਵੀ ਦੇ ਉੱਤੇ ਬੈਠ ਕੇ ਘੱਟ ਤੋਂ ਘੱਟ ਮੈਨੂੰ ਪਤਾ ਚੱਲੇ ਕਿਸ ਤਰ੍ਹਾਂ ਲੱਗਦੇ ਹੋ ਤੁਸੀਂ ਸਾਰੇ ਕਿਉਂਕਿ ਮੇਰੇ ਕੋਲ ਤੇ ਕੋਈ ਚੋਇਸ ਨਹੀਂ ਹੈ। ਮੈਂ ਤੇ ਇਸ ਤਰ੍ਹਾਂ ਕਰਕੇ ਪ੍ਰੋਗਰਾਮ ਕਰ ਹੀ ਨਹੀਂ ਸਕਦੀ ਨਾ।
ਸੋ ਇਸ ਕਰਕੇ ਤੁਸੀਂ ਸਾਰੇ ਵੀ ਮੇਰਾ ਬੜਾ ਮਨ ਕਰਦਾ ਦੇਖਾਂ ਸਾਰਿਆਂ ਨੂੰ ਕਿਹੜੀ ਮੇਰੀ ਵਿਊਵਰਸ ਨੇ ਹਾਂਜੀ ਬੱਚਿਓ ਰਾਣੀ ਡਾਕਟਰ ਦਾ ਦੇਖਦੀ ਹੁੰਦੀ ਮੈਂ ਕੱਲ ਆਇਆ ਸੀਗਾ ਉਹਨਾਂ ਦਾ ਨਾ ਤੇ ਉਹ ਕਾਫੀ ਚੀਜ਼ਾਂ पुरशोत्तम अंकल और डॉक्टर रानी दोनों मिक्स एंड मैच हो जाता है पुरशोत्तम अंकल नु तुसी बजाय वाल चढ़ना पुछन दे उन्हां नु है ना मैं वैसे एक जनरल तौर ते कह रही है कि सारे लोग जेड़े आ ना उना दोना दे वखरे वखरे सवाल पूछो तुहानू ज्यादा वो चंगी तरह दस सकदे ने ठीक है सो एक बार फिर तुहानू दोना नू मेरी पैन नू और साडे पाजी नू बहुत गड्डी दियां मुबारकां हां जी थैंक यू जी थैंक यू गॉड ब्लेस यू वाह जी वाह तरक्कियां ते सारी दुनिया हैगी आ होनी भी चाहीदी हैगी आ सत श्री अकाल जी की हाल चाल ने मैं बिल्कुल ठीक ठाक हां तुसी सुनाओ इतनी मिठी आवाज कौन बोल रहे हो जी मैं रानी बोल रही हूँ कैलिफोर्निया तू ओके हाँ जी हाँ जी तेरा प्रोग्राम बहुत बढ़िया है और तेरी ड्रेस भी बहुत सोनी है ताई वकील जी दे फोन ते पूछ लेंदे हो कि शहरी सूट कित्थों लेके आंदी है ओ कल मैनू सारे हसन कहते फोन उन्हों का प्रोग्राम साडा खत्म ही होया सी ते उन्हां नू पूछ लिता मैं क्या देखो हुण दर्शक किन्ने बेचारे भोले ने कि मैं हुण की कह सकदी हाँ सो तुसी कुछ सुना रहे हो जी केड़ा गाना तैयार किया कोई खास के बस कोई बोलियां टप्पे हाँ जी गाने तो मैंने बहुत आंदे आ ओ थैंक गॉड शुक्र है सुनाओ फिर केड़ा गाना सुना रहे क्योंकि मैंने फर्स्ट टाइम कॉल की थी तो मैं थोड़ी नर्वस हो रही हूं इदां करदे हां टीवी ते थोड़ी आवाज हले कुछ सेकंडा बाद आएगी तुसी मेरे नाल फोन ते गल करो असी ओदा टीवी दा ब्रेक कर लें चलो करो ब्रेक कुड़ी नाल गल करनी है मैं कुनाल ज्वेलर दे गहने वाह पई वाह क्या कहने गहनियां नाल भर ले जाओ घरवाली नू होर बनाओ कुनाल ज्वेलर ते आओ गहनियां नाल सज तज के बागो बाग हो जाओ असी तुहाडी पसंद दे 22-24 कैरेट दे कड़े चेन क्वेंस डायमंड कट बैंगल्स ऑर्डर ते तैयार करदे हां गहनियां दी रिपेयर भी इत्थे ही करदे हां ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜੁਐਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਟੈਕਸ ਪ੍ਰੋਬਲਮ ਨੋ ਪ੍ਰੋਬਲਮ ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ MTA ਟੈਕਸਿਸ ਵਰਕਰਸ ਕੰਪਨਸੇਸ਼ਨ ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ 20 ਸਾਲਾਂ ਦਾ ਤਜਰਬਾ ਵੀ ਕਵਰ ਆਲ 50 ਸਟੇਟਸ ਅਸੀਂ ਪੰਜਾਬੀ ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555 718-426-5695 Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasand ka furniture khareedo. Balinder Singh ji nu aaj hi call karo 718-849-4530 or 917-774-8566. Breed Furniture. ਪੰਜਾਬੀਆਂ ਦੀ ਪਾਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ ਫਰੈਸ਼ ਸੀਜ਼ਨਲ ਵੈਜੀਟੇਬਲਸ ਫਰੂਟਸ ਤੇ ਇੰਡੀਅਨ ਗ੍ਰੋਸਰੀਜ਼ ਦਾ ਖਜ਼ਾਨਾ ਐਵਰੀਡੇ ਫਰੈਸ਼ ਪ੍ਰੋਡਿਊਸ ਡਾਇਰੈਕਟਲੀ ਫਰੋਮ ਦ ਫਾਰਮ ਰਿਲੀਜੀਅਸ ਇਵੈਂਟਸ ਤੇ ਰੈਸਟੋਰੈਂਟਸ ਲਈ ਸਪੈਸ਼ਲ ਪ੍ਰਾਈਸਿਸ ਫੋਰ ਸ਼ਿਪਿੰਗ ਆਲ ਓਵਰ USA ਐਂਡ ਕੈਨੇਡਾ ਕਾਲ 213-486-0086 ਸਾਮਰਾ ਪ੍ਰੋਡਿਊਸ ਨੰਬਰ 1 ਹੋਲਸੇਲ ਡਿਸਟ੍ਰੀਬਿਊਟਰ ਪੂਰੇ ਅਮਰੀਕਾ ਤੇ ਕੈਨੇਡਾ ਵਿੱਚ ਥਿਸ ਐਡ ਇਜ਼ ਸਪਾਂਸਰਡ ਬਾਈ ਸਾਮਰਾ ਪ੍ਰੋਡਿਊਸ ਇਸ ਹਫਤੇ ਕਰੋ ਇੱਕ ਖਾਸ ਮੁਲਾਕਾਤ ਪੰਜਾਬੀ 뮤직 ਡਾਇਰੈਕਟਰ ਡੀਜੇ ਸੋਨੂ ਟਿੱਲੋਂ ਅਤੇ ਪੰਜਾਬੀ ਗਾਇਕ ਨਵ ਸਿੰਘ ਨਾਲ ਨਕਰੇ ਬਪੋੜਾ ਬਿੱਲੋ ਛੱਡ ਦੇ ਨੀ ਦਿਲ ਚੋਂ ਭੁਲੇਖੇ ਬਿੱਲੋ Get Meet Special 21 ਮਾਰਚ ਸ਼ੁੱਕਰਵਾਰ ਨੂੰ ਰਾਤੀ 9 ਵਜੇ ਸਿਰਫ Get Punjabi ਤੇ
ਟ੍ਰੈਕ ਸਾਡੇ ਨਾਲ ਰਾਣੀ ਜੀ ਕੈਲੀਫੋਰਨੀਆ ਤੋਂ ਜਿਹੜੇ ਕਿ ਸਾਨੂੰ ਸੁਣਾਣਗੇ ਗੁਰਦਾਸ ਮਾਨ ਜੀ ਦਾ ਗਾਣਾ। ਹੈਲੋ ਹੈਲੋ ਹਾਂਜੀ ਰਾਣੀ ਜੀ, ਹੁਣ ਤੁਸੀਂ ਨਾਰਮਲ ਹੋ, ਠੀਕ ਹੋ, ਕੰਫਰਟੇਬਲ ਹੋ? ਹਾਂਜੀ ਹਾਂਜੀ, ਸ਼ੁਕਰ ਸ਼ੁਕਰ ਹੈ। ਚਲੋ ਜੀ ਸੁਣਾਓ। ਸਜਣਾ ਵੇ ਸਜਣਾ ਬਿਊਟੀਫੁਲ, ਤੇਰੇ ਸਾਰੇ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦਿਊਟੀਫੁਲ, ਸੋਹਣੀ ਲੱਗਦੀ ਸਜਣਾ ਵੇ ਸਜਣਾ ਵੇ ਸਜਣਾ, ਤੇਰੇ ਸ਼ਹਿਰੀ ਕਾਦੀ ਆਈ ਸੱਜਣਾ ਵੇ ਮੇਰਿਆ, ਉੱਲੇ ਸਾਡੀ ਸ਼ਿਕਵੇ ਤੇ ਵੈਰ, ਉੱਲੇ ਸਭ ਸ਼ਿਕਵੇ ਤੇ ਵੈਰ, ਮਾਨਾ ਮਰ ਜਾਣਿਆ ਕਿ ਸ਼ਹਿਰੀ ਤੇਰਾ ਵੇਖਿਆ ਵੇ ਸਾਥੋਂ ਪੁੱਲੀ ਜਾਂਦੀ ਨਾ ਦਪੈਰ, ਸਾਥੋਂ ਪੁੱਲੀ ਜਾਂਦੀ ਨਾ ਦਪੈਰ, ਸੱਜਣਾ ਵਾਹ ਵਾਹ ਵੇ ਸੱਜਣਾ ਵੇ ਸੱਜਣਾ, ਬਿਊਟੀਫੁਲ, ਤੇਰੇ ਸ਼ਹਿਰ ਵਿੱਚ ਸਾਰੇ ਆਪਣੇ ਹੀ ਵਸਦੇ ਨੇ, ਵੈਰੀ ਨਾਈਸ, ਸਾਡੇ ਪਿੰਡ ਵਸਦੇ ਨੇ ਗੈਰ, ਸਾਡੇ ਪਿੰਡ ਵਸਦੇ ਨੇ ਗੈਰ, ਜਿੰਨੇ ਵੀ ਮਿਲੇ ਨੇ ਸਾਨੂੰ ਸਾਰੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖੈਰ, ਇੱਕ ਨੇ ਨਾ ਪੁੱਛੀ ਸਾਡੀ ਖੈਰ, ਸਜਣਾ ਵੇ ਸਜਣਾ ਵੇ ਸਜਣਾ, ਬਿਊਟੀਫੁਲ, ਥੈਂਕ ਯੂ ਸੋ ਮੱਚ। ਗਾਉਣ ਵਾਲਿਆਂ ਦੇ ਵੀ ਕਮਾਲ, ਔਰ ਗੁਰਦਾਸ ਮਾਨ ਜੀ ਤੁਹਾਡੇ 'ਤੇ ਕੋਈ ਤੋੜ ਹੀ ਨਹੀਂ ਹੈਗਾ, ਤੁਹਾਡੀ ਭਾਵੇਂ ਉਮਰ, ਤੁਹਾਡੀ ਐਨਰਜੀ, ਔਰ ਜਿਸ ਸੱਭਿਆਚਾਰ ਨੂੰ ਲੈ ਕੇ ਗੁਰਦਾਸ ਮਾਨ ਜੀ ਨੇ ਹੁਣ ਤੱਕ ਆਪਣੇ ਆਪ ਨੂੰ ਪੰਜਾਬੀਅਤ ਦੇ ਵਿੱਚ ਸੰਭਾਲ ਕੇ ਰੱਖਿਆ, ਉਹ ਇੱਕ ਮਿਸਾਲ ਹੈ ਅੱਜ ਕੱਲ੍ਹ ਦੇ ਨੌਜਵਾਨ ਸਿੰਗਰਸ ਦੇ ਲਈ। ਉਫ ਤੌਬਾ, ਲਿਖਣ ਵਾਲਿਆਂ ਦੇ ਵੀ ਕਮਾਲ ਅਤੇ ਗਾਉਣ ਵਾਲਿਆਂ ਦੇ ਵੀ ਕਮਾਲ। ਸੱਜਣਾ ਦੇ ਸ਼ਹਿਰ ਜਾ ਕੇ ਸਭ ਕੁਝ ਚੰਗਾ ਲੱਗ ਰਿਹਾ ਹੈ, ਉੱਥੇ ਸਾਰੇ ਆਪਣੇ ਲੱਗ ਰਹੇ ਹੈਗੇ ਆ, ਇੱਦਾਂ ਦੇ ਸੱਜਣ ਕਿੱਥੋਂ ਲਿਆਈਏ ਬਈ, ਹੁਣ ਇੱਦਾਂ ਦੇ ਸੱਜਣ ਨਹੀਂ ਹੈਗੇ ਆ। ਐਨੀਵੇ ਜੀ, ਸ਼ੈਰੀ ਇਮੋਸ਼ਨਲ ਹੋ ਜਾਂਦੀ ਹੈ ਜਲਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ੈਰੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਿਲਕੁਲ ਠੀਕ। ਹਾਂਜੀ, ਇੱਕ ਪੁਰਾਣਾ ਰਿਕਾਰਡ ਸੁਣਾ ਦੇ ਆ। ਉਹ ਰਿਕਾਰਡ ਪੁਰਾਣਾ, ਵਾਹ, ਤੋੜ ਦਿਓ ਰਿਕਾਰਡ ਅੱਜ ਤੇ। ਠੀਕ ਹੈ। ਹਾਂਜੀ, ਹੋਇਆ ਕੀ ਪੁਰਾਣਿਆਂ ਵੇ ਤੇਰੀ ਮਤ ਨੂੰ, ਲੰਘ ਨਾ ਕਰਾ ਕੇ ਵੇ ਤੂੰ ਲਿਆਇਆ ਨੱਕ ਨੂੰ, ਹੋਇਆ ਕੀ ਪੁਰਾਣਿਆਂ ਵੇ ਤੇਰੀ ਮਤ ਨੂੰ, ਲੰਘ ਨਾ ਕਰਾ ਕੇ ਵੇ ਤੂੰ ਲਿਆਇਆ ਨੱਕ ਨੂੰ, ਲਾ ਦੂੰਗਾ ਅਲਾਂਬੇ ਵੇਚ ਕੇ ਮੈਂ ਮੱਕ ਨੂੰ, ਚੰਜ ਰੰਗ ਕਰਾ ਦੂੰ ਨਾਲੇ ਲੌਂਗ ਨੱਕ ਨੂੰ, ਲਾ ਦੂੰਗਾ ਅਲਾਂਬੇ ਵੇਚ ਕੇ ਮੈਂ ਮੱਕ ਨੂੰ, ਚੰਜ ਰੰਗ ਕਰਾ ਦੂੰ ਨਾਲ ਲੌਂਗ ਨੱਕ ਨੂੰ, ਆੜੀ ਦੀ ਕਮਾਈ ਕਿੱਥੇ ਗਈ ਦੱਸ ਵੀ, ਭਾਬੀ ਨੂੰ ਫੜਾਵੇ ਨੋਟ ਵੱਟ ਵੱਟ ਕੇ, ਹਾੜੀ ਦੀ ਕਮਾਈ ਕਿੱਥੇ ਗਈ ਦੱਸ ਵੇ, ਭਾਬੀ ਨੂੰ ਫੜਾਵੇ ਨੋਟ ਵੱਟ ਵੱਟ ਕੇ, ਸਾਡੇ ਨਾਲੋਂ ਚੰਗਾ ਤੂੰ ਭਾਬੀ ਦੇ ਹੱਕ ਨੂੰ, ਮੰਗ ਨਾ ਕਿੜਾ ਕੇ ਵੇ ਤੂੰ ਲਿਆਇਆ ਨੱਕ ਨੂੰ, ਵੱਡੀ ਭਾਬੀ ਹੁੰਦੀ ਮਾਵਾਂ ਦੇ ਸਮਾਨ ਨੀ, ਝੂਠ ਆਖਰਾ ਤਾਂ ਸਾਡੇ ਜਾਏ ਜਵਾਨ ਨੀ, ਵੱਡੀ ਭਾਬੀ ਹੁੰਦੀ ਮਾਵਾਂ ਦੇ ਸਮਾਨ ਨੀ,
झूठिया खरा ता सड़ जाए जवानी सासन पूरी ते ना कर पेड़े शक तू अंजरा करा दू नाले लौंग नक नू वाह वाह ओहो वेरी नाइस थैंक यू सो मच कोई ब्रेक ब्रूक नहीं है जो ऐसा दे गाने आंदे असी ब्रेक नहीं करते है गया चलो चीना ज्वेलर्स सैक्रामेंटो कैलिफोर्निया एथे अवेलेबल है 22 कैरेट गोल्ड ज्वेलरी ते गोल्ड कॉइंस असी करदे हां गोल्ड कॉइंस दी शिपिंग पूरे यूएसए में एक्सक्लूसिव वैरायटी ब्राइडल सेट्स ते बैंगल्स विच कस्टमर्स दे तसल्ली ले गोल्ड प्योरिटी चेक करने ले कंप्यूटराइज्ड मशीन असी पे करदे हां टॉप डॉलर्स तुसी अपनी ज्वेलरी कहने भी रख सकते हो लोन फॉर गोल्ड अपना सोना रखो ते ले जाओ कैश फॉर एनी इंक्वायरी कॉल इंद्रजीत सिंह या विजिट करो चीना ज्वेलर्स मिराज बैंकेट हॉल एंड रेस्टोरेंट वेडिंग होवे या बर्थडे पार्टी मिराज है परफेक्ट हर सेलिब्रेशन ले मिराज इंडियन क्यूजिन विद प्रॉपर सिटिंग फैसिलिटी विजिटर्स ले प्राइवेट पार्किंग फैसिलिटी भी अवेलेबल है मैं गुरदीप सिंह संधू तुहाडा होम्योपैथिक कंसल्टेंट पिछले 26 साल होम्योपैथिक मैडिकल कॉलेजां विच पढ़ाउण तों बाद 17 सालां तों बेय एरिया विच तुहाडी सेवा कर रहा हाँ होम्योपैथिक मैडिसिन ते ट्रीटमेंट दे राहीं बेसिक तौर ते हर आदमी नूं जाननियां बड़ियां जरूरी ने कि हर बीमारी दी शुरुआत सब तों पहलां एहसास तों हुंदी है तुसीं हर बीमारी दे संबंध विच इह गल्लां जाण सको कि की हो सकदा उहदे पिछे कारण की हो सकदे ने और उन्हों का निवारण किमें हो सकता सौखे तरीके दे नाल ताके वो भयानक रूप धारण करन तो पहला ही छेती तो छेती वो ठीक हो सके मैं गुरदीप सिंह संधू तुहाडा होम्योपैथिक कंसल्टेंट 1192 ईस्ट सेंटा कलारा स्ट्रीट सैन होजे दे उपर मेरा फोन नंबर 408-687-1899 Favorite fashion store. Visit our showroom in Chicago and New Jersey or online at sahil.com. Rupal Law, efficient legal service providers. ਜਦੋਂ ਆਪਣੇ ਪੰਜਾਬੀ ਲੋਕਾਂ ਨੂੰ ਕੋਈ ਲੀਗਲ ਪ੍ਰੋਬਲਮ ਹੋ ਜਾਂਦੀ ਹੈ ਉਹ ਗੋਰੇ ਵਕੀਲਾਂ ਕੋਲ ਜਾਂਦੇ ਨੇ ਜਾਂ ਕਾਲੇ ਵਕੀਲਾਂ ਕੋਲ ਜਾਂਦੇ ਨੇ ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ We specialize in immigration law, family law, civil litigation, wills and trusts. ਕਲਾਇੰਟਸ ਨਾਲ ਓਪਨ ਤੇ ਇਫੈਕਟਿਵ ਕਮਿਊਨੀਕੇਸ਼ਨ ਨਾਲ ਸੋਲਵ ਕਰਦੇ ਹਨ ਹਰ ਮੈਟਰ ਮੈਂ ਚਾਹਨਾ ਕਿ ਜਿਹੜੇ ਆਪਣੇ ਇੱਥੋਂ ਦੇ ਪੰਜਾਬੀ ਲੋਕ ਨੇ ਜਾਂ ਇੰਡੀਅਨ ਲੋਕ ਨੇ ਉਹਨਾਂ ਨੂੰ ਮੈਂ ਸਰਵ ਕਰਾਂ ਬੈਟਰ ਸੋਲੂਸ਼ਨਸ ਤੇ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 951-241-2571 थैंक यू अजमेर आंटी आई लव यू थैंक यू सो स्वीट ओके जी साढ़े नाल हुण हैगे सिमरन कैनेडा तो सोनी किथे नहीं जाना मैं तुहाडे लई गाना एक गाना हाँ जी हेलो हेलो सोनी हाँ जी ओके सिमरन भी हैगा साढ़े नाल छोटा जिहा बच्चा कैनेडा तो ओके सोनी तुसी पहली बार कॉल कर रहे हो नहीं सेकंड टाइम जी ओ अच्छा सोनी अज मैनू एक कॉल पहले भी आई हैगी है सोनी दी तुसी ते नहीं सीगे मेरी सोनी मेरी तमन्ना
झूठ नहीं है मेरा प्यार, दीवाने से हो गई गलती, जाने दो यार। जी सोनी, हाँ जी जी, जो तुसी की सुना रहे हो, मैं तो सुनाती हूँ थोड़े दी, मैं तो लाइन गाती। थैंक यू जी, थैंक यू जी। हाँ जी, मैं बोली सुनानी चाहती हूँ। सुनाओ सुनाओ, बोली सुनाओ। हाँ जी, सरों दे साग विच मक्खन में पानिया, सरों दे साग विच मक्खन में पानिया, मक्की दी रोटी साग सरों दा कमानिया, सरों दी पेयानिया छन्ना लस्सी दा, मेनू जान तो प्यारा लगे पुत सस्सी दा, वेरी नाइस, प्यारा लगे पुत सस्सी दा। खत्म? हाँ जी खत्म। ओ और कुछ? और कुछ नहीं है। चलो नेक्स्ट टाइम ले रख देने हैं। थैंक यू सो मच, थैंक यू। ओके सिमरन, हेलो, सत श्री अकाल सोना पुत्र। सिमरन की हाल चाल है बेटा? ठीक है। ओके चलो, की सुना रहे हैं मेरा बच्चा? बंधा गेम तेरा आया, बंधा गेम तेरा आया, आया पटोला भर के करना देव के पिपल पतिया। वेरी नाइस। हाँ जी पुत्र, पूरा करो। बंधा गेम तेरा आया, बंधा गेम तेरा आया, आया पटोला भर के करना देव के पिपल पतिया, करना देव पिपल पतिया। भाई चूड़ा खड़के गिद्धा चटिया दा, देश की दा खड़के गिद्धा चटिया दा, देश की दा खड़के गिद्धा चटिया दा। स्वीट सिमरन, किन्ने सिखाया? एक नहीं, तानू एक बोली किन्ने सिखाई? मम्मा ने? दो। ओके सिमरन, एनीवे सो स्वीट। भाई छोटे बच्चों भी तुसी कह सकते हो, बच्चों हमेशा हमेशा चंगा लगता है अपनी आवाज़ टीवी से सुनना। सत श्री अकाल जी। सत श्री अकाल जी। हाँ जी अजमेर आंटी। हाँ जी हाँ, कट गया सी, मैं क्या कट दिता ने फोन? ना ना, मैनू लगया थोड़ी गल खत्म हो गई है। नहीं मैं तो कुछ बोलना थी बेटा। प्लीज मोस्ट वेलकम आंटी, मोस्ट वेलकम। हाँ जी, थैंक यू बेटा। प्लीज मैं क्या आज दी समय दी की मांग है। हाँ जी ਉਹਦੇ ਬਾਰੇ ਮੈਂ ਕਿਹਾ ਵੀ ਦੇਖੋ, ਲੋਕ ਜਿਹੜੇ ਨੇ ਲੜਕੀਆਂ ਨੂੰ ਕੋਖੇ ਚ ਮਾਰੀ ਜਾਂਦੇ ਨੇ, ਗੁੰਮਰਾਹ ਹੋਏ ਹੋਏ ਨੇ। ਹਾਂਜੀ ਅਜਮੇਰ ਆਂਟੀ, ਲੋਕਾਂ ਦੇ ਨਾ ਇਦਾਂ ਹੀ ਹੁੰਦਾ ਆਇਆ, ਪਰ ਜੇ ਕੋਈ ਕੋਈ ਲੜਕੀ ਨੂੰ ਮਾਰਦੇ ਸਨ, ਹਾਂਜੀ ਮਾਪੇ ਕਈ ਜ਼ਾਲਮ ਹੁੰਦੇ ਸਨ, ਪਰ ਅੱਜ ਕੱਲ ਤੇ ਇਦਾਂ ਮਾਰ ਰਹੇ ਤੇ ਲੜਕੀ ਪੁਕਾਰਦੀ ਵਿਚਾਰੀ। ਹਾਂਜੀ ਮੈਂ ਉਹ ਵਾਰਸ਼ਾਂ ਦੇ ਬੋਲ ਥੋੜੇ ਜਿਹੇ ਬੋਲਣੇ ਬੇਟਾ। ਪਲੀਜ਼ ਜ਼ਰੂਰ। ਹਾਂਜੀ ਅੱਜ ਅੱਖਾਂ ਵਾਰ ਸ਼ਾਨੂੰ ਤੇ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਗਾ ਫੋਲ, ਇੱਕ ਰੋਈ ਸਿੱਟੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ, ਵੇ ਦਰਦ ਮੰਦਾਂ ਦਿਆ ਦਰਦੀਆ ਤੇ ਤੱਕ ਆਪਣਾ ਪੰਜਾਬ, ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਾਉਂਦੀ ਪਰੀ ਚਨਾਬ, ਕਿਸੇ ਨੇ ਪਈਆਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਤੇ ਇਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,
ਧਰਤੀ ਤੇ ਲਉ ਵਸਿਆ ਤੇ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਾਜ਼ਾਦੀਆਂ ਤੇ ਅੱਜ ਵਿੱਚ ਮਜ਼ਾਰਾਂ ਰੋਣ ਅੱਜ ਸਭੇ ਕੈਦੋਂ ਬਣ ਗਏ ਉਸ ਨਿਸ਼ਕ ਦੇ ਚੋਰ ਤੇ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ ਤੇ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੇ ਕਿਤੇ ਕਬਰਾਂ ਵਿੱਚੋਂ ਬੋਲ ਬਿਊਟੀਫੁਲ ਵੈਰੀ ਨਾਈਸ ਅੰਮ੍ਰਿਤਾ ਪ੍ਰੀਤਮ ਮੈਨੂੰ ਜਿੱਥੇ ਤੱਕ ਹੈ ਕਿ ਉਹਨਾਂ ਦਾ ਲਿਖਿਆ ਹੋਇਆ ਕਲਾਮ ਹੈਗਾ ਔਰ ਵੈਰੀ ਨਾਈਸ ਥੈਂਕ ਯੂ ਅਜਮੇਰ ਆਂਟੀ ਥੈਂਕ ਯੂ ਸੋ ਮੱਚ ਇੱਕ ਮੁਖੜਾ ਇੱਕ ਅੰਤਰਾ ਤੁਸੀਂ ਗਾ ਸਕਦੇ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਜਾਂ ਮੈਕਸੀਮਮ 2 ਮਿੰਟਸ ਤੱਕ ਦਰਸ਼ਕ ਹੋਰ ਸਾਰੇ ਹੈਗੇ ਸਾਰਿਆਂ ਨੂੰ ਮੌਕਾ ਦੇਣਾ ਹੈਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੈਰੀ ਜੀ ਮੈਂ ਰਾਣੀ ਅਗੇਨ ਹਾਂਜੀ ਹਾਂਜੀ ਅੱਗੇ ਗਾਣਾ ਸੈਡ ਹੋ ਗਿਆ ਸੀ ਹੁਣ ਵਧੀਆ ਸੁਣਾਉਂਦੀ ਹਾਂ ਸਹੀ ਗੱਲ ਹੈ ਚੰਗਾ ਹੈ ਸੁਣਾਓ ਹਾਂਜੀ ਲੱਕੀ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਓ ਸਾਹਮਣੇ ਕੋਲੋਂ ਦੀ ਰੁੱਸ ਕੇ ਨਲੰਗ ਮਾਇਆ ਲੱਕੀ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਓ ਸਾਹਮਣੇ ਕੋਲੋਂ ਦੀ ਰੁੱਸ ਕੇ ਨਲੰਗ ਮਾਇਆ ਤੇਰੀ ਮਾਂ ਰਿੰਨੀ ਖੀਰੇ ਤੇਰੀ ਮਾਂ ਰਿੰਨੀ ਖੀਰੇ ਅਸਾਂ ਮੰਗੀ ਤੇ ਪੈ ਗਈ ਪੀੜ ਵੇ ਲੱਕੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਓ ਸਾਹਮਣੇ ਕੋਲੋਂ ਦੀ ਰੁੱਸ ਕੇ ਨਲੰਗ ਮਾਇਆ ਉਹ ਤੇਰੀ ਮਾਂ ਮੇਰੀਆਂ ਗੰਦਲਾਂ ਤੇਰੇ ਮਾਂ ਮੇਰੀਆਂ ਗੰਦਲਾਂ ਅਸਾਂ ਮੰਗੀਆਂ ਤੇ ਪੈ ਗਈਆਂ ਦੰਦਲਾਂ ਲੱਕੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਓ ਸਾਹਮਣੇ ਕੋਲੋਂ ਦੀ ਰੁੱਸ ਕੇ ਨਲੰਗ ਮਾਇਆ ਥੈਂਕ ਯੂ ਪਲੀਜ਼ ਹੋਲਡ ਕਰੋ ਮੈਨੂੰ ਬ੍ਰੇਕ ਦਾ ਕਿੰਨੀ ਦੇਰ ਤੋਂ ਕਿਹਾ ਹੋਇਆ ਚਲੋ ਕਰ ਲਓ ਬ੍ਰੇਕ ਸ਼ਿਪਿੰਗ ਆਲ 48 ਸਟੇਟਸ ਵਿੱਚ ਹੋਰ ਜਾਣਕਾਰੀ ਲਈ ਕਾਲ ਕਰੋ ਮੁਸ਼ਕਿਲ ਵਿੱਚ ਜਦੋਂ ਆਪਣੇ ਛੱਡ ਦੇਣ ਸਾਥ ਔਖੀ ਕੜੀ ਜਦੋਂ ਨਾ ਆਵੇ ਕਿਤੋਂ ਆਵਾਜ਼ ਨਿਰਾਸ਼ ਨਾ ਹੋਵੋ ਤੁਹਾਡੀ ਇੱਕ ਆਵਾਜ਼ ਤੇ ਹਮੇਸ਼ਾ ਤੁਹਾਡੇ ਨਾਲ ਅਮੇਰੀਕਨ ਕਾਨੂੰਨ ਦੀ ਕਿਤਾਬ ਸ਼ਨਾਈਡਰ ਲਾਅ ਗਰੁੱਪ ਤਜਰਬੇਕਾਰ ਵਕੀਲ ਜਿਨ੍ਹਾਂ ਨੂੰ ਮਹਾਰਤ ਹਾਸਲ ਹੈ ਕ੍ਰਿਮੀਨਲ ਲਾਅ ਮੈਟ੍ਰੀਮੋਨੀਅਲ ਇਮੀਗ੍ਰੇਸ਼ਨ ਫਾਈਲਿੰਗ ਬੈਂਕਰਪਸੀ ਅਸਾਈਲਮ ਤੇ ਡਿਪੋਰਟੇਸ਼ਨ ਮੈਟਰਸ ਵਿੱਚ ਹਰ ਲੀਗਲ ਸੋਲੂਸ਼ਨ ਤੁਹਾਡੀ ਆਪਣੀ ਬੋਲੀ ਵਿੱਚ ਕੰਟੈਕਟ ਸ਼ਨਾਈਡਰ ਲਾਅ ਗਰੁੱਪ ਕੰਸਲਟੇਸ਼ਨ ਲਈ ਵਿਜ਼ਿਟ ਕਰੋ ਆਪਣੀ ਨੀਅਰੈਸਟ ਬ੍ਰਾਂਚ ਵਿੱਚ ਹਾਥੋਂ ਕੀ ਆਪਣੀ ਦਾਸਤਾਂ ਹੋਤੀ ਹੈ ਕਭੀ ਸ੍ਰਿਸ਼ਟੀ ਤੋ ਕਭੀ ਵਿਨਾਸ਼
ये देखती है, कभी ये सहारा तो कभी विश्वास, सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। कमक्षा देवी उपासक गुरु बंगाली जी, बंगाली विधि द्वारा हर कार्य सिद्ध, समस्या कठिन है समाधान सरल है, व्यर्थ इधर उधर मत भटकिए, एक बार श्रद्धा व विश्वास से हमें फोन जरूर करें। राजस्थान के सुप्रसिद्ध ज्योतिष अखिल भारतीय ज्योतिष कर्मकांड परिषद रजिस्टर द्वारा रतन गोल्ड मेडलिस्ट से सम्मानित गुरु बंगाली कमक्षा देवी उपासक हस्तरेखा मस्तक रेखा जन्म पत्रिका अंक गणित लाल किताब के द्वारा कारोबार नौकरी इंतकास लव मैरिज वशीकरण मुठकरनी स्पेशलिस्ट बिछड़ा हुआ प्रेमी पति वापस मिलना सास बहू पति पत्नी में अनबन शारीरिक कष्ट पीआर के लिए उपाय लॉटरी के लकी नंबर हर समस्या का समाधान ज्योतिष विद्या व इष्ट साधना द्वारा विधि पूर्वक पाठ पूजा हवन द्वारा कम से कम खर्च में 3 दिन में गारंटेड करवाएं। आज ही फोन करें +91 9610311999 और +91 9929610023 इंडिया। आवाज सी एकदम क्लियर और सारे लफ्ज भी बिल्कुल क्लियर सी गए। सत श्री अकाल जी। सत श्री अकाल शहरी जी, पम्मी बोल दी मैं। हां जी, की हाल है पम्मी जी? बस बढ़िया, तुसे सुनाओ? बिल्कुल ठीक ठाक। हां जी, कोई सोचिया जे गाना गुणा सुनान? बोलिया सुनाइए भैया। आज ते देखो माहौल ही बनया होया बोलियां जी। हां जी हां जी, सुनाओ फिर बोली। सुनाओ सुनाओ। अच्छा, अड्डी मेरी कोल कच्छ दे गुठे ते सरनामा, वे लिख लिख चिट्ठियां डाके पावा, वे लिख लिख चिट्ठियां डाके पावा, तोर दे पत्ते मगावा, वे रख लिया मेहमाने, की खा के मर जावा, वे रख लिया मेहमाने, वे पित्तल दी मेरी सुरमे दाणी बिच सुरम चू खरके, वे अगे तयौंदा रात बराते, ओहो अगे तयौंदा रात बराते, हुण कियें औंदा तड़के, वे टुट गई होल दरी बिच पावे दे फसके, वे टुट गई होल दरी बिच पावे दे फसके। एक हो सुनानी है जोश चढ़ गया। छैणे 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 बे बावला पढ़ा दे विद्या पम्मे, दईना दाज विच गैणे वे बावला पढ़ा दे विद्या पम्मे, दईना दाज विच गैणे। वाह वाह, वेरी नाइस।
वेरी नाइस, थैंक यू सो मच, थैंक यू जी। ओके, सत श्री अकाल जी। हेलो हेलो, हां जी, हां जी, कौन बोलते हो जी? अमृत सिंह शेरगिल। वाह वाह, अमृत सिंह शेरगिल, कितों बोल रहे हो? नॉर्थ कैरोलिना तो। वाह वाह, की सुना रहे हो आज? कविता। कविता, किन्नी उम्र है तुम्हारी? 10 साल दी। वाह वाह, सुनाओ जी सुनाओ। हां जी ओके, ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ ਆਵਾਂ ਤਾਵਾਂ ਸਿੰਘ ਕੋਈ ਲੱਭਦਾ ਹੈ ਜਿਹਨੂੰ ਸਿੱਖੀ ਨਾਲ ਪਿਆਰ ਹੋਵੇ ਵੈਰੀ ਨਾਈਸ ਉਹ ਪੁੱਤਰ ਨਹੀਂ ਸਪੁੱਤਰ ਕਹਾ ਸਕਦਾ ਜਿਹੜਾ ਸੂਰਤ ਬਾਪ ਦੀ ਧਾਰਦਾ ਨਹੀਂ ਜਿਹੜਾ ਬਾਪ ਤੇ ਸੂਲਾਂ ਤੇ ਚੱਲਦਾ ਨਹੀਂ ਕਿਸਾਂ ਤੇ ਬਗ ਸ਼ਿੰਗਾਰਦਾ ਨਹੀਂ ਉਹਨੂੰ ਕੀ ਆਖਾਂਗੇ ਜੀ ਧਰਮੇ ਜਿਹੜਾ ਕਿਸਾਨ ਨੂੰ ਸਮਝਦਾ ਭਾਰ ਹੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਤੇਰੀ ਸਿੱਖੀ ਦਾ ਬਾਗ ਉਹ ਜਾਲ ਸੁੱਟਿਆ ਜਿਹੜਾ ਵਾਰ ਕੇ ਪਿਤਾ ਤੋਂ ਪਾਲਿਆ ਸੀ ਤੇਰੀ ਸਿੰਘ ਕੇ ਪੁੱਤਾਂ ਦੇ ਲਹੂ ਦੇ ਨਾਲ ਜਿਹੜਾ ਕਰਕੇ ਰਾਖੀਆ ਸੰਭਾਲਿਆ ਸੀ ਅਜੇ ਨਾਈ ਦੇ ਕੋਲ ਤੇਰਾ ਸਿੰਘ ਬੈਠਾ ਵਾ ਘੀਰਵਾਨ ਦੇ ਉਹ ਤਿਆਰ ਹੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਸਿੱਖੀ ਸਿਖਾਉਂਦੀ ਹੈ ਮਾਪਿਆਂ ਦਾ ਹੁਕਮ ਮੰਨਣਾ ਇਹ ਕਿੰਤੂ ਪਰੰਤੂ ਜਾਣਦੀ ਨਹੀਂ ਉਹ ਕਾਹਦੀ ਸਿੱਖੀ ਮਲੰਗ ਸਿੰਘਾ ਜਿਹੜੀ ਆਨੰਦ ਦਾ ਦਸਤਾਰ ਤੇ ਮਾਣਦੀ ਨਹੀਂ ਉਹ ਅੰਦਰੋਂ ਪ੍ਰਤੱਖ ਗੁਰਬਾਣੀ ਦੇ ਨਾਲ ਭਾਵੇਂ ਦਰ ਤੇ ਮੁਸੀਬਤ ਲੱਖ ਹਜ਼ਾਰ ਹੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਪੱਗ ਇਹੋ ਜਿਹੀ ਬੰਨੀ ਤਾਂ ਕੀ ਬੰਨੀ ਜਿਹੜੀ ਪੀ ਪੀ ਸ਼ਰਾਬ ਨਾਲੀ ਵਿੱਚ ਡਿੱਗੇ ਬੰਨੇ ਕੇਸਕੀ ਨਾਮ ਖੁਮਾਰੀ ਵਾਲੀ ਜਿਹੜੀ ਤੇਰੇ ਨਾਲ ਬਿਤਾਵੇ ਵਿੱਗੇ ਤੈਨੂੰ ਭਾਗ ਲਾਵੇ ਉਹ ਰੱਬ ਸੱਚਾ ਜੀ ਕਰ ਕੇਸਾਂ ਦਾ ਤਿੱਤੋ ਸਤਿਕਾਰ ਹੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਆਪਣੀ ਮਾਂ ਦੇ ਦਿਲ ਦਾ ਦਰਦ ਭਰ ਲੈ ਜਿਹਨੇ ਪੋਟੇ ਪੋਟੇ ਤੈਨੂੰ ਪਾਲਿਆ ਸੀ ਨਾਲੇ ਪੜ੍ਹਦੀ ਸੀ ਬਾਣੀ ਨਾਲੇ ਕੇਸ ਹੋਂਦੀ ਤੇਰੇ ਤੋਂ ਵੱਧ ਤੇਰੇ ਕੇਸਾਂ ਨੂੰ ਸੰਭਾਲਿਆ ਸੀ ਅੱਜ ਖੇਤੀ ਉਹਦੀ ਉਜਾੜ ਦਿੱਤੀ ਉਹ ਦਸ ਕੀ ਕੰਚੈਣ ਦੇ ਨਾਲ ਸੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਤੇ ਸਿਰ ਤੇ ਸੋਹਣੀ ਦਸਤਾਰ ਹੋਵੇ ਤੇਰੇ ਵਾਸਤੇ ਭੈਣ ਨੇ ਲੱਖ ਪਾਏ ਸੋਹਣਿਆ ਖੇਤੀ ਬਾਪ ਦੀ ਉਜਾੜਨਾ ਵੇ ਜੇਕਰ ਬਾਪ ਤੋਂ ਅੱਗੇ ਨਹੀਂ ਨਿਕਲ ਹੁੰਦਾ ਉਹਦੇ ਮੂੰਹ ਤੇ ਚਪੇੜਾ ਨਾ ਮਾਰੇ ਵੇ ਇਤੋਂ ਵੱਧ ਕਰਾਰੀ ਕੀ ਚਪੇੜ ਹੋਣੀ ਜੇਕਰ ਧਰਨਾ ਤੇਤੋਂ ਸਵੀਕਾਰ ਹੋਵੇ ਕਿਥੋਂ ਕਰਾਂ ਦੀਦਾਰ ਉਹਨਾਂ ਸਿੰਘਾਂ ਦਾ ਮੈਂ ਜਿਨ੍ਹਾਂ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ ਬਿਊਟੀਫੁਲ ਮਜ਼ਾ ਆ ਗਿਆ 10 ਸਾਲ ਦੇ ਬੱਚੇ ਤੋਂ ਇਹ ਕਵਿਤਾ ਸੁਣ ਕੇ ਜੇਕਰ ਤੁਹਾਡੇ ਬੱਚੇ ਦੇ ਵਿੱਚ ਵੀ ਕੋਈ ਟੈਲੈਂਟ ਹੈ ਔਰ ਤੁਸੀਂ ਉਸਨੂੰ ਗੁਰਮੁਖੀ ਜ਼ਬਾਨ ਦੇ ਨਾਲ ਜੋੜਿਆ ਹੈਗਾ ਅਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਕਾਲ ਕਰਾ ਕੇ ਤੁਸੀਂ ਸ਼ਾਮਿਲ ਕਰ ਸਕਦੇ ਹੋ ਆਪਣੇ ਬੱਚੇ ਨੂੰ ਵੀ ਛੋਟਾ ਜਿਹਾ ਬ੍ਰੇਕ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ USA ਵੱਲੋਂ ਕਬੱਡੀ ਸੀਜ਼ਨ 2014 ਇਹ ਕਬੱਡੀ ਸੀਜ਼ਨ ਸਮਰਪਿਤ ਹੈ ਸ਼ਹੀਦ ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਮੁੜ ਕੇ ਆ ਜਾ ਵੀਰ ਆਵੇ ਅਰਦਾਸ ਅਹੀਨਤ ਕਰਦਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਿਰਚਨੋ ਕੈਲੀਫੋਰਨੀਆ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਸਿਲਮਾ ਕੈਲੀਫੋਰਨੀਆ ਸਮੂਹ ਕਬੱਡੀ ਖੇਡ ਪ੍ਰੇਮੀਆਂ ਸਮੂਹ ਕਬੱਡੀ ਕਲੱਬਾਂ ਸਮੂਹ ਜਥੇਬੰਦੀਆਂ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਕਬੱਡੀ ਕੱਪ 2014 ਸੰਨੀ ਸਾਈਡ ਹਾਈ ਸਕੂਲ ਫਿਰਚਨੋ ਕੈਲੀਫੋਰਨੀਆ ਦੀਆਂ ਖੁੱਲੀਆਂ ਗਰਾਊਂਡਾਂ ਵਿੱਚ ਦਿਨ ਐਤਵਾਰ ਮਿਤੀ 6 ਅਪ੍ਰੈਲ 2014 ਨੂੰ ਕਰਵਾਇਆ ਜਾ ਰਿਹਾ ਹੈ ਸਪੋਰਟਸ ਪ੍ਰੇਮੀਆਂ ਨੇ ਕਬੱਡੀ ਮੈਚਾਂ ਦੇ ਨਾਲ ਨਾਲ 2 ਰੋਜ਼ਾ ਵਾਲੀਬਾਲ ਬਾਸਕਟਬਾਲ ਫੁੱਟਬਾਲ ਦੇ ਮੈਚ ਵੀ ਹੋਣਗੇ ਮੈਚਾਂ ਦੀ ਕਮੈਂਟਰੀ ਕਰਨ ਲਈ ਪਹੁੰਚ ਰਹੇ ਨੇ ਪ੍ਰੋਫੈਸਰ ਮੱਕਣ ਸਿੰਘ ਹਕੀਮਪੁਰੀ ਅਤੇ ਸਟੇਜ ਸੰਚਾਲਨ ਕਰਨਗੇ ਬੀਬੀ ਆਸ਼ਾ ਸ਼ਰਮਾ ਜੀ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ ਬੀਬੀਆਂ ਬੱਚਿਆਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤੇ ਜਾਣਗੇ ਸਮੁੱਚੀ ਕਮੇਟੀ ਵੱਲੋਂ ਸਾਰੇ ਹੀ ਖੇਡ ਪ੍ਰੇਮੀਆਂ ਅੱਗੇ ਬੇਨਤੀ ਹੈ ਕਿ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਸਕੂਲ ਦੀ ਗਰਾਊਂਡਾਂ ਅੰਦਰ ਦਾਖਲ ਨਾ ਹੋਵੇ ਪਹੁੰਚਣ ਲਈ ਪਤਾ ਹੈ Sunnyside High School, Virginia, 1019 South Beach Avenue, Fresno, California. ਇਸ ਅੰਤਰਰਾਸ਼ਟਰੀ ਕਬੱਡੀ ਕੱਪ 2014 ਦਾ ਸਿੱਧਾ ਪ੍ਰਸਾਰਣ ਵੇਖੋਗੇ ਸਿਰਫ ਕੈਟ ਪੰਜਾਬੀ ਉੱਤੇ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਉੱਤੇ ਕਾਲ ਕਰੋ। ਸਵਾਗਤ ਕਰਤਾ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ USA।
एक्यूरेट एस्ट्रो एस्ट्रोलॉजी विच 25 सालां दा सफल तजर्बा ऐसे हल जो सॉल्व करदे हन तुहाडी हर प्रॉब्लम सिर्फ 7 दिनां विच जिवें मैरिज लव डिवोर्स रिलेशनशिप जॉब या फैमिली प्रॉब्लम्स नाल ही अवेलेबल हन एस्ट्रो जेमस्टोन से रुद्राक्ष अपनी किसी भी समस्या लिए आज ही कॉल करो लवलीन दीदी फोन 714-713-5732 से Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey & Associates now. The Vedic Store, USA da leading Ayurvedic superstore. Jithe hun available ne products Baba Ramdev, Himalaya, Banyan Botanicals de naal hi 100% organic Indian food. Visit karo Ayurvedic consultation lai. Fayda lo Ayurvedic remedies da apniyan hair problems, heart, weight, joints, diabetes de hor vi kai problems lai. Yoga classes vich vi hissa lo. Call karo 7183234892 te. Pav Har product di shipping apne darwaze te. Aaj hi apni sehat layi zimmewar pano. इस हफ्ते करो एक खास मुलाकात पंजाबी म्यूजिक डायरेक्टर डीजे सोनू ढिल्लों अते पंजाबी गायक नव सिंह नाल नखरे बकोड़ा बिल्लो झट देनी दिल चो पुलेखे बिल्लो कट देनी गेट मेड स्पेशल 21 मार्च शुक्रवार नु राती 9 बजे सिर्फ गेट पंजाबी ते ਕਰਦੀਆਂ ਤੁਸੀਂ ਖਾਸ਼ਾਂ ਲੈ ਕੇ ਜਾਓਗੇ ਉਹ ਤਾਂ ਅਮੀਰ ਹੋਣ ਗਰੀਬ ਹੋਣ ਹਾਂਜੀ ਉਹ ਬੱਚੇ ਵੈਲ ਸੈਟਲਡ ਹੁੰਦੇ ਅਗਲੇ ਘਰ ਜਾ ਕੇ ਜਿਨ੍ਹਾਂ ਦਾ ਇਹ ਪ੍ਰਣ ਕਰ ਲੈਂਦੇ ਵੀ ਮੇਰਾ ਹੁਣ ਮਾਂ ਪਿਓ ਵੀ ਹੋਵੇ ਤੇ ਭੈਣ ਭਰਾ ਵੀ ਹੋ ਐਗਜੈਕਟਲੀ ਬਲ ਸਾਹਿਬ ਇਹੀ ਗੱਲ ਤੁਸੀਂ ਕੀਤਾ ਵੀ ਮੇਰਾ ਸਭ ਕੁਝ ਇਹੋ ਐਬਸੋਲੂਟਲੀ ਬਲ ਸਾਹਿਬ ਔਰ ਕਈ ਵਾਰੀ ਐਡਜਸਟਮੈਂਟ ਕਰਨੀ ਪੈਂਦੀ ਹੈ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਤੁਹਾਡੇ ਮੁਤਾਬਕ ਗੱਲ ਕਰੇ ਫਿਰ ਲਾਈਵ ਪ੍ਰੋਗਰਾਮ ਹੁੰਦੇ ਆ ਲਾਈਵ ਪ੍ਰੋਗਰਾਮ ਤੋਂ ਪਹਿਲੇ ਆਪਣੇ ਘਰ ਦੀ ਵੀ 100 ਗੱਲਾਂ ਬਾਤਾਂ ਹੁੰਦੀਆਂ ਨੇ ਪਰਿਵਾਰ ਸਾਰਿਆਂ ਦੇ ਹੈਗੇ ਐ ਨਹੀਂ ਕਿ ਬਸ ਸਿਰਫ ਮੀਆਂ ਬੀਵੀ ਤੱਕ ਬੱਚਿਆਂ ਤੱਕ ਫੈਮਿਲੀ ਹੁੰਦੀ ਹੈ ਅੱਗੇ ਭਰਜਾਈਆਂ ਭਰਜਾਈਆਂ ਦੇ ਮਾਂ ਪਿਓ ਆਪਣੇ ਰਿਸ਼ਤੇਦਾਰ ਗੁਆਂਢੀ ਉਹਨਾਂ ਦੇ ਵੀ ਰਿਸ਼ਤੇਦਾਰ ਬੜਾ ਕੁਛ ਹੁੰਦਾ ਸੋ ਕਿਤੇ ਨਾ ਕਿਤੇ ਕਮੀ ਜ਼ਰੂਰ ਰਹਿ ਜਾਂਦੀ ਹੈ ਨਹੀਂ ਕਿ ਆਪਾਂ ਹਰੇਕ ਨੂੰ ਖੁਸ਼ ਕਰ ਸਕਦੇ ਹਾਂ ਪਰ ਹਾਂ ਚਲੋ ਜਿੰਨੀ ਨਿਕਲ ਜਾਏ ਜਿੰਨੀ ਪਿਆਰੀ ਹੱਸ ਕੇ ਬੋਲ ਕੇ ਸਾਰਿਆਂ ਨਾਲ ਨਿਕਲ ਜਾਏ ਹਰੇਕ ਨੂੰ ਖੁਸ਼ ਕਰਨਾ ਤਾਂ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਉਹ ਤਾਂ ਰੱਬ 'ਚ ਵੀ ਕਮੀਆਂ ਕੱਢ ਦਿੰਦਾ ਹੈਗਾ रात वे चन कितांग जरिया रात वे मेरा जी दलीला देवाट वे चन कितांग जरिया कोठे ते फिर कोठड़ा मैं कोठड़े ते फिर कोठड़ा मैं कोठे सुकदा कापला आशिका जोड़िया पौड़िया ਮਸ਼ੂਕਾਂ ਜੋੜੇ ਰਾਪਲਾ ਚਨਕ ਤਾਂਗ ਜਰੀਏ ਰਾਤ ਵੇ ਮੇਰਾ ਜੀਤ ਲੀਲਾ ਤੇ ਵਟ ਵੇ ਚਨਕ ਤਾਂਗ ਜਰੀਏ ਰਾਤ ਵੇ ਕੋਠੇ ਤੇ ਫਿਰ ਕੋਠੜਾ ਫਿਰ ਕੋਠੇ ਤੇ ਫਿਰ ਕੋਠੜਾ ਮੈਂ ਕੋਠੇ ਸੁੱਕਦੀ ਰੇਤ ਪਲਾ ਅਸੰਗ ਦਾਈਆਂ ਮੀਡੀਆਂ ਤੋਂ ਕਿਸੇ ਬਹਾਨੇ ਦੇਖ ਭਲਾ ਚਨਕ ਤਾਂਗ ਜਰੀਏ ਰਾਤ ਵੇ ਮੇਰਾ ਜੀਤ ਲੀਲਾ ਦਵਟ ਵੇ ਧੰਨਵਾਦ ਜੀ ਥੈਂਕ ਯੂ ਬਲ ਸਾਹਿਬ ਥੈਂਕ ਯੂ ਸੋ ਮਚ ਕਿਸ ਕਿਸ ਨੇ ਗਾਣਾ ਸੁਣਿਆ ਹੈਗਾ ਅੱਜ 4 ਮਿੰਟ ਰਹਿ ਗਿਆ ਓਕੇ
ਇੱਕ ਗਾਣਾ ਆਇਆ ਸੀਗਾ ਹਵਾ ਹਵਾ ਇਹ ਹਵਾ ਖੁਸ਼ਬੂ ਲਟਾ ਦੇ, ਜਦੋਂ ਇਹ ਗਾਣਾ ਆਇਆ ਸੀ, ਗਾਣਾ ਕਿਸੇ ਨੇ ਸੁਣਿਆ ਇਹ ਗਾਣਾ ਕੋਈ ਮੈਨੂੰ, ਅੱਛਾ ਜਿਸ ਜਿਸ ਨੇ ਸੁਣਿਆ ਮੈਨੂੰ ਈਮੇਲ ਕਰਕੇ ਦੱਸਣਾ shahri@getpunjabi.tv. ਇਹ ਗਾਣਾ ਇਸ ਕਰਕੇ ਮੈਨੂੰ ਯਾਦ ਆਇਆ ਕਿਉਂਕਿ ਬਲ ਸਾਹਿਬ ਨੇ ਜੋ ਗਾਣਾ ਸੁਣਾਇਆ ਹੈਗਾ ਟੇਪ ਰਿਕਾਰਡ ਜਿਸ ਦੇ ਵਿੱਚ ਕੈਸੇਟ ਪੈਂਦੀ ਸੀਗੀ, ਉਹ ਕੈਸੇਟ ਲਿਆ ਕੇ ਹਵਾ ਹਵਾ ਸਾਰਿਆਂ ਨੇ ਸੁਣਿਆ, ਪਹਿਲਾ ਹੀ ਗਾਣਾ ਜਿਹੜਾ ਸੁਪਰ ਹਿੱਟ ਸੀਗਾ, ਸਾਰੀ ਜਗ੍ਹਾ ਗੱਡੀਆਂ 'ਚ ਵੱਜਣਾ ਇਹ ਗਾਣਾ, ਉੱਚੀ ਆਵਾਜ਼ ਦੇ ਵਿੱਚ ਡੈੱਕ ਚੱਲਦੇ ਸੀਗੇ ਔਰ ਉਹ ਹਵਾ ਹਵਾ ਚੱਲ ਰਿਹਾ, ਅਤੇ ਜਿਹੜੇ ਸਾਡੇ ਰਿਸ਼ਤੇਦਾਰ ਸੀ ਉਹ ਕਹਿੰਦੇ ਨਹੀਂ ਅਸੀਂ ਆਪਣੇ ਗਾਣੇ ਸੁਣਨੇ ਆ, ਪੁਰਾਣੇ ਗਾਣੇ. ਮੈਂ ਕਿਹਾ ਜੀ ਕਿਹੜੇ ਪੁਰਾਣੇ ਗਾਣੇ ਹੈ ਉਹ, ਉਦੋਂ ਇਹ ਗਾਣਾ, ਉਦੋਂ ਮੈਨੂੰ ਇਹ ਚੰਨ ਕਿੱਦਾਂ ਗੁਜ਼ਾਰੀ ਆਈ ਰਾਤ ਵੇ, ਇਹ ਮੈਨੂੰ ਕੋਈ ਸਮਝ ਨਾ ਆਏ ਕੁਝ ਵੀ, ਅਤੇ ਮੈਂ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂ. ਉਹਨਾਂ ਨੂੰ ਵੀ ਕਿਹਾ ਮੈਂ ਕਿ ਤੁਹਾਨੂੰ ਕਿਉਂ ਚੰਗਾ ਲੱਗਦਾ ਇਹ ਗਾਣਾ, ਕਹਿੰਦੇ ਬਸ ਚੰਗਾ ਲੱਗਦਾ ਹੈ, ਬਹੁਤ ਸੋਹਣਾ ਲੱਗਦਾ ਹੈ. ਸੋ ਲਓ ਜੀ, ਯਾਦਾਂ ਹੋ ਗਈਆਂ ਤਾਜ਼ੀਆਂ. ਥੈਂਕ ਯੂ, ਥੈਂਕਸ ਟੂ ਬਲ ਸਾਹਿਬ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਹਾਂਜੀ, ਕੌਣ ਗੱਲ ਕਰ ਰਹੇ ਹੋ? ਮੈਂ ਕਮਲਜੀਤ ਗੱਲ ਕਰਦੀ ਹਾਂ. ਮੈਂ ਤੁਹਾਨੂੰ ਪੁੱਛਣਾ ਸੀ, ਤੁਹਾਡਾ ਇਹ ਜਿਹੜਾ ਗੈਟ ਪੰਜਾਬੀ ਪ੍ਰੋਗਰਾਮ ਆ, ਇੰਗਲੈਂਡ ਤੋਂ ਵੀ ਚੱਲਦਾ ਆ? ਇੰਗਲੈਂਡ ਵਿੱਚ ਵੀ ਆ? ਨਹੀਂ, ਹਲੇ ਇੰਗਲੈਂਡ 'ਚ ਨਹੀਂ ਆ, ਪਰ ਇੰਗਲੈਂਡ ਵਾਲੇ ਯੂਟਿਊਬ ਤੇ ਵੇਖ ਸਕਦੇ ਹੈਗੇ ਆ. ਓ ਅੱਛਾ ਜੀ, ਠੀਕ ਹੈ ਜੀ. ਹਾਂਜੀ, ਇਹ ਪੂਰੇ ਅਮਰੀਕਾ ਤੇ ਪੂਰੇ ਕੈਨੇਡਾ ਦੇ ਵਿੱਚ ਚੱਲਦਾ ਹੈ. ਅੱਛਾ ਜੀ. ਹਾਂਜੀ, ਸੋ ਪ੍ਰੋਗਰਾਮ ਜਦੋਂ ਖਤਮ ਹੋ ਜਾਂਦਾ ਹੈ, ਸਾਰੇ ਦੇ ਸਾਰੇ ਜਿਹੜੇ ਐਪੀਸੋਡ ਹੈਗੇ ਨੇ ਉਹ ਤੁਸੀਂ ਸਾਰੇ ਯੂਟਿਊਬ ਤੇ ਵੇਖ ਸਕਦੇ ਹੈਗੇ ਹੋ. ਵੇਖ ਵੀ ਲਿਆ ਕਰੋ, ਸ਼ੇਅਰ ਵੀ ਕਰਦੇ ਕਰੋ, ਘਰੇਲੂ ਨੁਕਤੇ ਤੁਹਾਡੇ ਸਾਰਿਆਂ ਦੇ ਫਾਇਦੇ ਦੀ ਹੈਗੇ ਨੇ. ਸਤਿ ਸ਼੍ਰੀ ਅਕਾਲ ਜੀ. ਪ੍ਰੋਗਰਾਮ ਆਪਣੀ ਸਮਾਪਤੀ ਵੱਲ ਕੌਣ ਗੱਲ ਕਰ ਰਹੇ ਹੋ? ਹੈਲੋ. ਹੈਲੋ. ਹਾਂਜੀ, ਸਤਿ ਸ਼੍ਰੀ ਅਕਾਲ ਜੀ. 2 ਮਿੰਟ ਰਹਿ ਗਏ ਜੀ. ਕੌਣ ਬੋਲ ਰਹੇ ਹੋ ਤੁਸੀਂ? ਮੈਂ ਦਵਿੰਦਰ ਬੋਲਦੀ ਹਾਂ. ਹਾਂਜੀ ਦਵਿੰਦਰ ਜੀ, ਕੀ ਸੁਣਾ ਰਹੇ ਹੋ? ਹਾਂਜੀ, ਗੀਤ ਜਨਾਬ, ਸੁਣਾਓ ਸੁਣਾਓ ਜਲਦੀ. ਹਾਂਜੀ, ਲੱਗ ਗਈ. ਹੈਲੋ. ਹਾਂਜੀ. ਹਾਂਜੀ, ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ. ਹਾਂਜੀ, ਮੈਂ ਗੀਤ ਸੁਣਾਉਣਾ ਇੱਕ. ਅੱਛਾ ਜੀ, ਸੁਣਾਓ ਜੀ. ਝੂਠੀ ਕਰ ਨੀ ਦਿੱਤੀ ਮੁੰਦੀ ਜੜ ਤੇ ਜੜਾਈ, ਤੂੰ ਕਿਤੇ ਮਿਲੇ ਨੀ ਮਾਏ ਗੱਡੀ ਤੇ ਚਣੀ ਆਈ, ਮੈਂ ਨਾ ਮਿਲਾ ਨੀ ਧੀਏ ਮਿਲੇ ਤੇਰੀ ਪਰ ਜਾਈ, ਮਾਪੇ ਕੋਈ ਦੇਣੀਆ ਜਗ ਜੀ ਮਣ ਪਾਈ. ਖਾਣਾ ਖੁਣਾ ਗਰਮ ਕਰ ਲਓ. ਹਾਂਜੀ, ਵੈਰੀ ਨਾਈਸ, ਥੈਂਕ ਯੂ ਸੋ ਮਚ. ਹਾਂਜੀ, ਹੁਣ ਪ੍ਰੋਗਰਾਮ ਖਤਮ ਹੋ ਕੇ ਮੈਂ ਆ ਰਹੀ ਹਾਂ. ਐਨੀਵੇ ਜੀ, ਪ੍ਰੋਗਰਾਮ ਖਤਮ, ਮਿਲਾਂਗੇ ਸੋਮਵਾਰ ਨੂੰ. ਦਿਓ ਇਜਾਜ਼ਤ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਰੱਬ ਰੱਖਾ.